ਚਮਕੀਲੇ ਦੇ ਕਿੰਨੇ ਗੀਤਾਂ ਚ ਆਧਾਰਨਾ ਦੇ ਸਕਦਾ ਉਹਦਾ ਇੱਕ ਜਿਹੜਾ ਗੀਤ ਹੈਗਾ ਕੰਡਾ ਕੱਢਿਆ ਨਾ ਜਿਨੇ ਭੈਣ ਦੀ ਨਾਂ ਉਹ ਬੈਲੀ ਕਾਦਾ ਕੋੜੀ ਆ ਜਹਾ ਵੀ ਦੇਖੋ ਤੁਸੀਂ ਰਿਸ਼ਤਿਆਂ ਨੂੰ ਕਿਵੇਂ ਕਲੰਕਿਤ ਕਰ ਰਹੇ ਹੋ ਸਮਾਜ ਦੇ ਵਿੱਚ ਸਾਰਾ ਕੁਝ ਐਵੇਂ ਨਹੀਂ ਹੁੰਦਾ ਦੇ ਆਪਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆਂ ਜਾਂ ਬਾਅਦ ਦੇ ਵਿੱਚ ਆਪਾਂ ਇੱਕ ਮੋਰੀ ਨਿਕਲ ਜਾਂਦੇ ਆਂ ਇਹ ਕਹਿ ਕੇ ਕਿ ਇਹ ਤਾਂ ਜੀ ਸਮਾਜ ਦਾ ਹਿੱਸਾ ਹੈ ਇੱਕ ਪਿੰਡ ਦੇ ਵਿੱਚ ਕਿੰਨੇ ਕ ਹਥਿਆਰ ਹੁੰਦੇ ਹੋਣਗੇ ਕਿੰਨੇ ਕ ਲੋਕ ਪਿੰਡਾਂ ਚ ਗਲੀਆਂ ਚ ਗੰਡਾਸੇ ਚੱਕੀ ਫਿਰਦੇ ਆ ਤਾਂ ਕੋਈ ਤੇ ਟਕੂਆ ਪੁਰੀਆਂ ਪਿੱਛੇ ਕਿੰਨਾ ਕ ਪਿੰਡਾਂ ਚ ਦੀਆਂ ਗਲੀਆਂ ਚ ਤਾਂ ਕੋਈ ਤੇ ਟਕੂਆ ਖੜਕਦਾ ਅਕਸਰ ਜਿਹੜਾ ਇਹ ਗਾਉਣ ਵਾਲਿਆਂ ਵੱਲੋਂ ਲਿਖਣ ਵਾਲਿਆਂ ਵੱਲੋਂ ਇਹ ਕਹੇਗਾ ਕਿ ਇਸ ਤਾਂ ਲੋਕਾਂ ਦੀ ਜਿਹੜੇ ਡਿਮਾਂਡ ਤੇ ਕਰਦੇ ਆਂ ਮੈਂ ਕਹਣਾ ਕਿ ਜਿਹੜੀ ਉਹਦੀ ਪੇਸ਼ਕਾਰੀ ਹੈ ਇੱਕ ਉਹ ਵਲਗੈਰਿਟੀ ਵੱਲ ਇੱਕ ਪੋਰਨੋ ਉਹਦੇ ਵੱਲ ਜਦੋਂ ਤੁਸੀਂ ਜਾਂਦੀ ਹੈ ਉਦੋਂ ਪਹਿਲਾਂ ਚਮਕੀਲੇ ਤੋਂ ਪਹਿਲਾਂ ਇਹ ਨਹੀਂ ਸੀ ਚਮਕੀਲੇ ਬਈ ਇਹ ਸਾਦਾ ਜਿਹੜਾ ਹੈਗਾ ਗਾਇਕੀ ਦਾ ਜਿਹੜਾ ਇਹ ਇਹ ਜਿਹੜਾ ਦੌਰ ਹੈ ਜਿਹਨੂੰ ਤੁਸੀਂ ਰਮਾਂਟਸ ਜਮ ਦਾ ਨਾਮ ਦੇ ਲੋ ਕੁਝ ਵੀ ਕਹਿ ਲੋ ਉਹ ਥੱਲੇ ਨੂੰ ਆਇਆ ਰਜਿਸਟੈਂਸ ਉਹ ਕਿੱਥੇ ਹੈ ਦੱਸੋ ਇਹ ਕਿਹੜੇ ਉਹਦੇ ਗੀਤ ਦੇ ਵਿੱਚ ਜਿੱਥੇ ਉਹ ਪੰਜਾਬ ਦੇ ਕਰੈਕਟਰ ਨੂੰ ਦੱਸਦਾ ਹੋਵੇ ਇੱਕ ਗੱਲ ਨਾਲ ਮੈਂ ਸਹਿਮਤ ਆ ਵੀ ਕਿਤੇ ਨਾ ਕਿਤੇ ਜਿਹੜੀਆਂ ਤੁਹਾਡੀਆਂ ਰੈਵਲਰੀ ਸੀਗੀਆਂ ਜਾਂ ਜੈਲਸਸ ਸੀਗੀਆਂ ਉਹ ਵੀ ਇਹਨਾਂ ਕਤਲਾਂ ਦਾ ਕਾਰਨ ਬਣਿਆ ਸਾਡਾ ਜਿਹੜਾ ਸਿਨੇਮਾ ਹੈ ਉਹਦਾ ਹਾਲ ਤੇ ਹੈ ਕਿ ਸਾਡੇ ਸਿਨੇਮੇ ਦੇ ਵਿੱਚ ਭਾਵੇਂ ਉਹ ਸਾਡਾ ਹਿੰਦੁਸਤਾਨੀ ਸਿਨੇਮਾ ਹੈ ਭਾਵੇਂ ਪੰਜਾਬੀ ਦਾ ਸਿਨੇਮਾ ਹੈ ਵਿਕਦਾ ਕੀ ਹੈ ਡਾਇਰੈਕਟਰ ਪ੍ਰੋਡਿਊਸਰ ਹਮੇਸ਼ਾ ਇਹ ਦੇਖਦਾ ਹੈ ਚਮਕੀਲੇ ਦਾ ਜੋ ਕਿਰਦਾਰ ਸੀ ਉਹਦੇ ਕੀਤਾ ਰਾਹੇ ਸਾਹਮਣੇ ਆਇਆ ਤੇ ਉਹ ਮੈਨੂੰ ਲੱਗਦਾ ਨਹੀਂ ਕਿ ਉਹ ਪੰਜਾਬੀ ਮਨ ਨੂੰ ਰੀਪ੍ਰেজেন্ট ਕਰਦਾ ਕਿਤੇ ਜਿਹੜਾ ਮਨੋਰੰਜਨ ਹੈ ਨਾ ਉਹ ਮਨੋਰੰਜਨ ਕਿੱਥੇ ਦੇਣਾ ਹੈ ਕਿਹਨੂੰ ਦੇਣਾ ਹੈ ਇਹ ਇਹ ਇੱਕ ਬਹੁਤ ਵੱਡੀ ਗੱਲ ਹੈ ਤੁਸੀਂ ਪਿੰਡਾਂ ਦੇ ਵਿੱਚ ਜਾਓ ਤੇ ਕੋਈ ਕਿਸੇ ਨੂੰ ਇਹ ਥੋੜੀ ਕਹੂਗਾ ਜੇ ਕੋਈ ਆਪਣੇ ਆਪ ਨੂੰ ਕੋਈ ਨਾਬਰ ਕਹੋਂਦਾ ਜੇ ਕਹੂਗਾ ਵੀ ਤੂੰ ਅਮਰ ਸਿੰਘ ਚਮਕੀਲਾ ਹੈ ਤੇ ਅਗਰ ਕਹੂਗਾ ਵੀ ਤੂੰ ਵੱਡਾ ਜਉਣਾ ਮੋੜ ਬਣਿਆ ਫਿਰਦਾ ਤੂੰ ਵੱਡਾ ਦੁੱਲਾ ਪੱਟੀ ਬਣਿਆ ਫਿਰਦਾ ਐਂਡਰ ਪੰਜਾਬੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮਸ਼ੀਰ ਸਿੰਘ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਇੱਕ ਗਾਇਕ ਅਮਰ ਸਿੰਘ ਚਮਕੀਲੇ ਦੇ ਚਰਚੇ ਨੇ ਉਹਨਾਂ ਦੀ ਗਾਇਕੀ ਬਾਰੇ ਸਾਰੇ ਪੰਜਾਬੀ ਚਾਹੇ ਉਹ ਪਿਛਲੀ ਪੀੜ੍ਹੀ ਦੇ ਨੇ ਚਾਹੇ ਹੋਣ ਵਾਲੀ ਪੀੜ੍ਹੀ ਦੇ ਨੇ ਸਾਰੇ ਜਾਣਦੇ ਨੇ ਉਹਨਾਂ ਦਾ ਜ਼ਿਕਰ ਜਿਹੜਾ ਹੈਗਾ Netflix ਤੇ ਇੱਕ ਆ ਰਹੀ ਫਿਲਮ ਦੇ ਬਾਬਤ ਹੋ ਰਿਹਾ ਹੈ ਅਮਰ ਸਿੰਘ ਚਮਕੀਲਾ ਦੀ ਜੀਵਨੀ ਦੇ ਉੱਤੇ Netflix ਦੇ ਉੱਤੇ ਇਮਤੀਆਜ਼ ਅਲੀ ਜਿਹੜੇ ਕਿ ਬਾਲੀਵੁੱਡ ਦੇ ਨਿਰਦੇਸ਼ਕ ਨੇ ਉਹਨਾਂ ਦੀ ਇੱਕ ਫਿਲਮ ਆ ਰਹੀ ਹੈ ਜਿਸ ਨੂੰ ਦਲਜੀਤ ਦੋਸਾਂਝ ਨੇ ਜਿਸ ਦੇ ਵਿੱਚ ਚਮਕੀਲੇ ਦਾ ਕਿਰਦਾਰ ਨਿਭਾਇਆ ਜਿਹੜੇ ਕਿ ਪ੍ਰਿੰਤੀ ਚੋਪੜਾ ਨੇ ਉਹਨਾਂ ਨੇ ਅਮਰਜੋਤ ਕੌਰ ਦਾ ਕਿਰਦਾਰ ਨਿਭਾਇਆ ਤੇ ਇਸ ਤੇ ਚਰਚੇ ਨੇ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਦਿਨ ਅੰਗਰੇਜ਼ੀ ਦੇ ਇੱਕ ਅਖਬਾਰ ਦੇ ਵਿੱਚ ਇੱਕ ਆਰਟੀਕਲ ਵੀ ਛਪਿਆ ਤੇ ਜਿਸ ਦੇ ਵਿੱਚ ਚਮਕੀਲੇ ਦੇ ਗੀਤਾਂ ਨੂੰ ਇੱਕ ਰੈਜ਼ਿਸਟੈਂਸ ਦੇ Song ਦੱਸਿਆ ਗਿਆ ਤੇ ਜੋੜਿਆ ਗਿਆ ਕਿ ਕਿਸ ਤਰ੍ਹਾਂ ਜੜੀ ਖਾਲਸਤਾਨੀ ਮਿਲਟੈਂਸੀ ਆ ਉਸ ਦੇ ਵਿੱਚ ਇਸ ਕਿਸਮ ਦੀ ਜੜੀ ਰੈਜ਼ਿਸਟੈਂਸੀਆਂ ਆ ਆਰਟਿਸਟਾਂ ਦਾ ਜਿਹੜਾ ਇਹ ਸਾਰਾ ਪੱਖ ਸੀ ਉਸ ਨੂੰ ਦਵਾਇਆ ਗਿਆ ਪਰ ਇਸ ਦੇ ਨਾਲ ਚਰਚਾ ਛਿੜੀ ਹੈ ਕਿ ਚਮਕੀਲੇ ਦੀ ਐਕਚੁਅਲ ਲਗੇਸੀ ਕੀ ਹੈ ਕਿ ਵਾਕਈ ਉਹ ਪੰਜਾਬ ਦੀ ਜੜੀ ਨਾਬਰ ਵਿਰਾਸਤ ਹੈ ਉਹਦੇ ਵਾਰਿਸ ਨੇ ਯਾ ਇਹਦੀਆਂ ਪਰਤਾਂ ਕੁਝ ਹੋਰ ਨੇ ਸਾਡੇ ਨਾਲ ਪ੍ਰੀਤਮ ਸਿੰਘ ਗੋਪਾਲ ਨੇ ਜਿਹੜੇ ਕਿ ਸੀਨੀਅਰ ਜਰਨਲਿਸਟ ਨੇ ਤੇ ਪੰਜਾਬੀ ਲੋਕਧਾਰਾ ਦੇ ਉੱਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੇ ਕੰਮ ਕੀਤਾ ਉਹਨਾਂ ਮਸਲੀਆਂ ਨੂੰ ਉਹਨਾਂ ਨੇ ਕਵਰ ਕੀਤਾ ਉਹਨਾਂ ਨੇ ਤੇ ਲਿਖਿਆ ਤੇ ਉਹ ਇਸ ਦੀਆਂ ਜਿਹੜੀਆਂ ਪਰਤਾਂ ਨੇ ਉਸ ਨੂੰ ਬੜੀ ਬਰੀਕੀ ਨਾਲ ਸਮਝਦੇ ਨੇ ਆਪਾਂ ਉਹਨਾਂ ਦੇ ਕੋਲੋਂ ਸਮਝਾਂਗੇ ਪੰਜਾਬੀ ਲੋਕਧਾਰਾ ਦੇ ਹਵਾਲੇ ਨਾਲ ਪੰਜਾਬੀ ਗਾਇਕੀ ਦੇ ਸਫ਼ਰ ਦੇ ਹਵਾਲੇ ਨਾਲ ਕਿ ਅਮਰ ਸਿੰਘ ਚਮਕੀਲਾ ਦਾ ਜਿਹੜਾ ਪੜ ਹੈ ਉਹ ਕਿਵੇਂ ਵੱਜਦਾ ਕੀ ਉਹਨਾਂ ਦਾ ਸਥਾਨ ਹੈ ਪੰਜਾਬੀ ਗਾਇਕੀ ਦੇ ਵਿੱਚ ਸੱਭਿਆਚਾਰ ਦੇ ਵਿੱਚ ਉਹ ਇੱਕ ਟੈਬੂ ਨੇ ਜਾਂ ਉਹ ਇੱਕ ਸੈਲੀਬ੍ਰੇਟ ਕੀਤੀ ਜਾਣ ਵਾਲੀ ਚੀਜ਼ ਨੇ ਉਹਨਾਂ ਦੇ ਬਾਰੇ ਇੰਨੇ वाद-ਵਿਵਾਦ ਕਿਉਂ ਨੇ ਤੇ ਉਹਨਾਂ ਦੀ ਜਿਹੜਾ ਖੂਨੀ ਜਿਹੜਾ ਉਹਨਾਂ ਦਾ ਅੰਤ ਹੋਇਆ ਉਸ ਤੇ ਵਿੱਚ ਵੀ ਬਹੁਤ ਸਾਰੇ ਸਵਾਲ ਪਏ ਨੇ ਆਪਾਂ ਇਹਨਾਂ ਸਾਰੇ ਨੁਕਤਿਆਂ ਤੇ ਪ੍ਰੀਤਮ ਸਿੰਘ ਰੋਪਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਸਰ ਹੁਣ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਤੁਸੀਂ ਪੰਜਾਬੀ ਲੋਕ ਧਰਾ ਦੇ ਟੀਚਰ ਵੀ ਹੋ ਵਿਦਿਆਰਥੀ ਵੀ ਹੋ ਤੁਸੀਂ ਅਮਰ ਸਿੰਘ ਚਮਕੀਲਾ ਤੇ ਪੰਜਾਬੀ ਗਾਇਕੀ ਦੇ ਵਰਤਾਰੇ ਨੂੰ ਕਿਦਾਂ ਸਮਝਦੇ ਆਂ ਦੇਖੋ ਸਭ ਤੋਂ ਪਹਿਲੀ ਗੱਲ ਮੈਂ ਕਿਉਂਕਿ ਅਮਰ ਸਿੰਘ ਚਮਕੀਲਾ ਸਾਡੇ ਵਿੱਚ ਨਹੀਂ ਹੈ ਜੋ ਵਿੱਚ ਹੁੰਦਾ ਸਾਡੇ ਤਾਂ ਆਪਾਂ ਗੱਲ ਹੋਰ ਤਰੀਕੇ ਨਾਲ ਕਰਦੇ ਆਂ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਉਂਕਿ ਗੱਲ ਅੱਗੇ ਤਿੱਖੀ ਵੀ ਹੋ ਸਕਦੀ ਹੈ ਮੈਂ ਮੈਂ ਇਸ ਗੱਲ ਦੀ ਮੈਂ ਸ਼ੁਰੂ ਤੋਂ ਨਿੰਦਾ ਕਰਦਾ ਵੀ ਭਾਵੇਂ ਕੋਈ ਕੁਝ ਵੀ ਗਾਉਂਦਾ ਕਿਵੇਂ ਵੀ ਲਿਖਦਾ ਕਿ ਉਹ ਜਿਆ ਵੀ ਉਹਦਾ ਜਿਹੜਾ ਹੈਗਾ ਕਿਰਦਾਰ ਹੈ ਪਰ ਕਿਸੇ ਨੂੰ ਜਿਹੜਾ ਹੈਗਾ ਸਰੀਰਕ ਤੌਰ ਤੇ ਖਤਮ ਕਰਨਾ ਫਿਜ਼ੀਕਲੀ ਐਲੀਮੀਨੇਟ ਕਰਨਾ ਜਾਂ ਕਿਸੇ ਨੂੰ ਮਾਰਨਾ ਮਰਡਰ ਕਰਨਾ ਮੈਂ ਜ਼ਾਤੀ ਤੌਰ ਤੇ ਇਹਦੇ ਖਿਲਾਫ ਹਾਂ ਮੈਂ ਇਹਦੀ ਨਿੰਦਾ ਕਰਦਾ ਕਿ ਇਹ ਨਹੀਂ ਹੋਣਾ ਚਾਹੀਦਾ ਉਹਨੂੰ ਨਹੀਂ ਸੀ ਮਾਰਿਆ ਜਾਣਾ ਚਾਹੀਦਾ ਤੇ ਪਰ ਹੁਣ ਜਿਹੜੀ ਦੂਸਰੀ ਗੱਲ ਤੁਸੀਂ ਕੀਤੀ ਕਿ ਜਿਹੜਾ ਅਮਰ ਸਿੰਘ ਚੰਕੀਲਾ ਇੱਕ ਗਾਇਕ ਦੇ ਤੌਰ ਤੇ ਇੱਕ ਗੀਤਕਾਰ ਦੇ ਤੌਰ ਤੇ ਕਿਵੇਂ ਅਮਰਜ ਹੁੰਦਾ ਤੇ ਕਿਵੇਂ ਉਸ ਤੋਂ ਬਾਅਦ ਉਹ ਜਿਹੜਾ ਹੈਗਾ ਪਪੂਲਰ ਹੁੰਦਾ ਇਹਦੀਆਂ ਹੁਣ ਵੱਖ-ਵੱਖ ਜਿਹੜੀਆਂ ਕਈ ਇਹਦੀਆਂ ਪਰਤਾਂ ਨੇ ਕਈ ਇਹਦੇ ਪੱਖ ਨੇ ਤੇ ਮੈਂ ਜਦੋਂ ਅਮਰਤ ਸਿੰਘ ਚਮਕੀਲਾ ਗਾਉਂਦਾ ਸੀ ਮੈਂ ਉਹਦਾ ਉਸ ਵੇਲੇ ਪੂਰਾ ਵਿਰੋਧੀ ਸੀ ਵੀ ਇਦਾਂ ਦਾ ਜਿਹੜਾ ਹੈਗਾ ਗੀਤ ਜਾਂ ਇਦਾਂ ਦੇ ਗੀਤਕਾਰ ਨਹੀਂ ਹੋਣੇ ਚਾਹੀਦੇ ਨਹੀਂ ਆਉਣਾ ਚਾਹੀਦਾ ਇਦਾਂ ਦਾ ਪੰਜਾਬੀ ਗਾਇਕੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਆਉਣੀਆਂ ਚਾਹੀਦੀਆਂ ਨਹੀਂ شمار ਹੋਣੀਆਂ ਚਾਹੀਦੀਆਂ ਤੇ ਮੈਨੂੰ ਹੁਣ ਇਸ ਗੱਲ ਦੀ ਵੀ ਜਿਹੜੀ ਸਮਝ ਹੈ ਕਿ ਅਕਸਰ ਜਿਹੜਾ ਹੈ ਗਾਉਣ ਵਾਲਿਆਂ ਵੱਲੋਂ ਲਿਖਣ ਵਾਲਿਆਂ ਵੱਲੋਂ ਇਹ ਕਹੇਗਾ ਕਿ ਇਸ ਤਾਂ ਲੋਕਾਂ ਦੀ ਜਿਹੜੇ ਡਿਮਾਂਡ ਤੇ ਕਰਦੇ ਆ ਜੀ ਜਿਵੇਂ ਲੋਕ ਚਾਹੁੰਦੇ ਆ ਸੀ ਤਾਂ ਓਵੇਂ ਕਰਦੇ ਆ ਕਿਉਂਕਿ ਲੋਕ ਸਾਨੂੰ ਪਸੰਦ ਕਰਦੇ ਆ ਜੋ ਕੁਝ ਅਸੀਂ ਕਹਿੰਦੇ ਆ ਲੋਕ ਇਦਾਂ ਲੋਕ ਜਿਹੜੇ ਹੈਗੇ ਆ ਪਹਿਲੀ ਗੱਲ ਤਾਂ ਉਹਨਾਂ ਕੋਲੇ ਕੋਈ ਲੋਕਾਂ ਦੀ ਕੋਈ ਕੋਈ ਜਿਹੜੀ ਹੈਗੀ ਪ੍ਰਵਾਸਸ਼ਾ ਨਹੀਂ ਕਿਉਂਕਿ ਹਰੇਕ ਗਾਇਕ ਦਾ ਹਰੇਕ ਸਿੰਗਰ ਦਾ ਹਰੇਕ ਜਿਹੜਾ ਜਿਹੜਾ ਵੀ ਕੋਈ ਬੰਦਾ ਕੋਈ ਵੀ ਚੀਜ਼ ਪ੍ਰੇਜ਼ੈਂਟ ਕਰਦਾ ਹੈ ਉਹਦੀ ਇੱਕ ਆਪਣੀ ਆਡੀਅנס ਹੈ ਤੇ ਉਹਦੇ ਲਈ ਲੋਕ ਸ਼ਬਦ ਵਰਤ ਲੈਣਾ ਆਵਾਮ ਸ਼ਬਦ ਵਰਤ ਲੈਣਾ ਇਹ ਬਿਲਕੁਲ ਮੈਂ ਸਮਝਦਾ ਕਿ ਇਹ ਠੀਕ ਨਹੀਂ ਹੁੰਦਾ ਕਿਉਂਕਿ ਇਹ ਮਾਮਲਾ ਜੁੜਿਆ ਹੋਇਆ ਹੈ ਮਨੋਰੰਜਨ ਦੇ ਨਾਲ ਐਂਟਰਟੇਨਮੈਂਟ ਦੇ ਨਾਲ ਜਦੋਂ ਸ਼ਬਦ ਐਂਟਰਟੇਨਮੈਂਟ ਆ ਜਾਂਦਾ ਉੱਥੇ ਫਿਰ ਕਾਫੀ ਕੁਝ ਗੱਲਾਂ ਆਪਾਂ ਛੱਡ ਦਿੰਨੇ ਆ ਕਾਫੀ ਰੱਖ ਲੈਨੇ ਆ ਕਈ ਚੀਜ਼ਾਂ ਮaaf ਕਰ ਦਿੱਤੀਆਂ ਜਾਂਦੀਆਂ ਨੇ ਤੇ ਉਹ ਅਕਸਰ ਕਹਿੰਦੇ ਵੀ ਆਪਣੇ ਸਾਡੇ ਤਾਂ ਲੋਕ ਗੀਤਾਂ ਚ ਪੰਜਾਬੀ ਤਾਂ ਪਹਿਲੇ ਇਹੋ ਜਿਹਾ ਕੁਝ ਹੈਗਾ ਜੀ ਉਹਨੇ ਕਿਹੜਾ ਕੋਈ ਨਵਾਂ ਕੀਤਾ ਇਹ ਵੀ ਕਹਿ ਜਾਂਦਾ ਪਰ ਮੈਂ ਇਹ ਗੱਲ ਸਮਝਦਾ ਕਿ ਅਮਰ ਸਿੰਘ ਚਮਕੀਲਾ ਨੇ ਜਿਵੇਂ ਜਿਹੜੀ ਕਾਮਕ ਪ੍ਰਵਿਰਤੀ ਹੈ ਜਿਹੜੀ ਬੰਦੇ ਦੇ ਅੰਦਰ ਪਈ ਹੈ ਹਰ ਇੱਕ ਦੇ ਆਪਾਂ ਉਹ ਸਾਧ ਹੈ ਆਪਾਂ ਨੇ ਚੋਰ ਹੈ ਆਪਾਂ ਨੇ ਕੁਝ ਵੀ ਹੈ ਜੀ ਤੇ ਕਿੰਨਾ ਹੀ ਕੋਈ ਸਮਝਦਾਰ ਹੈ ਤੇ ਕਿੱਡਾ ਵੱਡਾ ਵਿਦਵਾਨ ਹੈ ਕੋਈ ਫਿਲਾਸਫਰ ਹੈ ਉਸ ਕਾਮਕ ਪ੍ਰਵਿਰਤੀ ਜਿਹੜੀ ਆਮ ਆਦਮ ਦੇ ਅੰਦਰ ਜਾਂ ਉਹਦੀ ਆਡੀਅנס ਦੇ ਅੰਦਰ ਪਈ ਹੈ ਉਹਨੂੰ ਕੈਸ਼ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਹੈ ਇਸੇ ਕਰਕੇ ਜਿਹੜਾ ਹੈ ਉਹ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਪਪੂਲਰ ਹੁੰਦਾ ਹੈ ਖਾਸ ਕਰਕੇ ਇਕੱਲੇ ਨੌਜਵਾਨਾਂ ਚ ਨਹੀਂ ਸਾਰੇ ਆਮ ਲੋਕਾਂ ਚ ਇਹ ਵੀ ਨਹੀਂ ਕਿ ਇਕੱਲੇ ਪਿੰਡਾਂ ਵਾਲਿਆਂ ਦਾ ਸਿੰਗਰ ਸੀ ਉਹ ਅਕਸਰ ਇਹ ਕਿਹਾ ਜਾਂਦਾ ਹੈ ਇਹ ਵੀ ਨਹੀਂ ਤੇ ਸਾਰਿਆਂ ਦੇ ਵਿੱਚੋਂ ਪਪੂਲਰ ਹੁੰਦਾ ਹੈ ਟਰੱਕ ਡਰਾਈਵਰਾਂ ਚ ਪਪੂਲਰ ਹੁੰਦਾ ਉਹਨੇ ਜਿਹੜੀ ਉਹ ਜਿਹੜੀ ਚੀਜ਼ ਇੱਕ ਫੜੀ ਹੈ ਕਿਉਂਕਿ ਸਮਾਜ ਦੇ ਵਿੱਚ ਸਾਰਾ ਕੁਝ ਐਵੇਂ ਨਹੀਂ ਹੁੰਦਾ ਜਿਵੇਂ ਆਪਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆਂ ਜਾਂ ਬਾਅਦ ਦੇ ਵਿੱਚ ਆਪਾਂ ਇੱਕ ਮੋਰੀ ਨਿਕਲ ਜਾਂਦੇ ਆਂ ਇਹ ਕਹਿ ਕੇ ਕਿ ਇਹ ਤਾਂ ਜੀ ਸਮਾਜ ਦਾ ਹਿੱਸਾ ਹੈ ਜਿਵੇਂ ਤੁਸੀਂ ਕਿਹਾ ਕਿ ਜਿਹੜੀਆਂ ਸਾਡੀਆਂ ਦੱਬੀਆਂ ਹੋਈਆਂ ਭਾਵਨਾਵਾਂ ਨੇ ਕਿਤੇ ਨਾ ਕਿਤੇ ਅੰਡਰ ਕਰੰਟ ਜਿਹੜੀ ਗੱਲ ਚੱਲ ਰਹੀ ਹੈ ਸਾਡੇ ਸਮਾਜ ਦੇ ਵਿੱਚ ਪਹਿਲਾਂ ਤੋਂ ਐਗਜ਼ਿਸਟ ਕਰਦੀ ਹੈ ਉਹਨੂੰ ਜਿਹੜਾ ਹੈਗਾ ਉਹਨੇ ਉੱਪਰ ਲਿਆਂਦਾ ਹੈ ਮੈਂ ਕਹਿੰਦਾ ਕਿ ਕਈ ਚੀਜ਼ਾਂ ਸਮਾਜ ਚ ਐਗਜ਼ਿਸਟ ਨਹੀਂ ਕਰਦੀਆਂ ਹੁੰਦੀਆਂ ਕਈ ਚੀਜ਼ਾਂ ਸਾਡੇ ਮਹਾਵਰੇ ਦਾ ਸਾਡੇ ਲੋਕਗੀਤ ਦਾ ਜਾਂ ਹਿੱਸਾ ਦਾ ਲੋਕ ਮੁਹਾਵਰੇ ਦਾ ਨਹੀਂ ਹੁੰਦੀਆਂ ਉਹ ਬਣਾਇਆ ਜਾਂਦਾ ਜਿਵੇਂ ਮੈਂ ਚਮਕੀਲੇ ਦੇ ਕਿੰਨੇ ਗੀਤਾਂ ਚ ਆਧਾਰਨਾ ਦੇ ਸਕਦਾ ਉਹਦਾ ਇੱਕ ਜਿਹੜਾ ਗੀਤ ਹੈਗਾ ਕੰਡਾ ਕੱਢਿਆ ਨਾ ਜਿਨੇ ਭੈਣ ਦੀ ਨਾਮ ਲਾਉਣ ਦਾ ਪਹਿਲੀ ਕਹਾੜਾ ਕੋੜੀ ਆ ਜਾਂਦਾ ਵੀ ਦੇਖੋ ਤੁਸੀਂ ਰਿਸ਼ਤਿਆਂ ਨੂੰ ਕਿਵੇਂ ਕਲੰਕਿਤ ਕਰ ਰਹੇ ਹੋ ਜਿੱਥੇ ਕਿਸੇ ਸਾਡੇ ਦੇਖੋ ਜਿੱਥੇ ਸਾਡੇ ਇੱਕ ਮਜ਼ਾਕ ਦਾ ਜਾਂ ਸਾਡੀ ਟੀਚਰ ਦਾ ਜਿਹੜਾ ਹੈਗਾ ਰਿਸ਼ਤਾ ਜਿਵੇਂ ਦਿਉਰ ਪਰਜਾਈ ਦਾ ਰਿਸ਼ਤਾ ਹੈ ਪੁਰਾਣੇ ਵੀ ਗੀਤਕਾਰਾਂ ਨੇ ਲਿਖਿਆ ਜਾਂ ਹੋਰ ਹੈ ਈਵਨ ਜੀਜਾ ਸਾਲੀ ਦਾ ਰਿਸ਼ਤਾ ਹੈ ਜਿੱਥੇ ਟੀਚਰ ਦਾ ਜਿੱਥੇ ਪੱਧਰ ਹੈ ਨਾ ਮਜ਼ਾਕ ਦੀ ਪੱਧਰ ਹੈ ਇੱਕ ਦੂਜੇ ਨੂੰ ਮੁਖੌਲ ਕਰਨ ਦਾ ਜਿਹੜਾ ਹੈਗਾ ਸਾਡੇ ਸਭਿਆਚਾਰ ਚ ਪਈਆਂ ਨੇ ਗੱਲਾਂ ਤੇ ਪਰ ਜਦੋਂ ਤੁਸੀਂ ਇੱਕ ਪਾਰਟਿਕੂਲਰ ਇੱਕ ਜਿਹੜਾ ਹੈਗਾ ਇੱਕ ਰਿਸ਼ਤੇ ਨੂੰ ਜਿਹੜਾ ਪੁਆਇੰਟ ਆਊਟ ਕਰਕੇ ਇਹ ਕਰਦੇ ਹੋ ਤੇ ਤੁਸੀਂ ਉਹਨੂੰ ਇੱਕ ਤੁਕਬੰਦੀ ਦੇ ਵਿੱਚ ਲਿਆ ਕੇ ਲੋਕਾਂ 'ਚ ਇਹ ਕਹਿੰਦੇ ਹੋ ਕਿ ਸਾਡਾ ਇਹ ਸਭਿਆਚਾਰ ਹੈ ਸਾਡਾ ਇਹ ਹੁਣ ਇਹ ਈਡੀਅਮ ਕਿਤੇ ਮੈਂ ਤਾਂ ਸੁਣਿਆ ਨਹੀਂ ਸੀ ਪਹਿਲਾਂ ਤੇ ਜਾਂ ਇਦਾਂ ਦੀ ਉਹ ਕਹਿੰਦੇ ਵੀ ਐਕਸਟਰਾ ਮੈਰਿਟਲ ਅਫੇਅਰ ਜਿਹੜੇ ਨੇ ਮਤਲਬ ਕਿ ਉਹ ਤਾਂ ਮਤਲਬ ਕਿ ਅਸੜੀਆਂ ਰਿਸ਼ਤੇਦਾਰੀਆਂ 'ਚ ਪਰਵਾਰਾਂ 'ਚ ਐਗਜ਼ਿਸਟ ਕਰਦੇ ਨੇ ਨਾ ਨਹੀਂ ਮੈਂ ਮੈਂ ਕਹਿੰਨਾ ਕਰਦੇ ਹੋਣਗੇ ਤੇ ਪਰ ਇਹ ਇਹ ਇਹਨੂੰ ਆਪਾਂ ਐਂਟਰਟੇਨਮੈਂਟ ਦਾ ਹਿੱਸਾ ਕੋ ਬਣਾਈਏ ਗਲਤ ਹੈ ਨਹੀਂ ਇਹਨੂੰ ਇਹਨੂੰ ਸੈਲੀਬ੍ਰੇਟ ਨਾ ਨਹੀਂ ਉਹਨੂੰ ਸੈਲੀਬ੍ਰੇਟ ਸੈਲੀਬ੍ਰੇਟ ਇਦਾਂ ਜਿੱਥੇ ਜਿੱਥੇ ਦੇਖੋ ਸਾਡੇ ਵਿਆਹ ਸ਼ਾਦੀਆਂ ਹੁੰਦੀਆਂ ਨੇ ਅਸੀਂ ਇਕੱਠੇ ਹੁੰਨੇ ਆ ਠੱਠਾ ਮਜ਼ਾਕ ਕਰਦੇ ਆ ਤੇ ਉਹ ਸਾਡੇ ਇੱਕ ਪਾਰਟ ਹੈ ਹੈਨਾ ਤੇ ਪਰ ਜਦੋਂ ਤੁਸੀਂ ਇੱਕ ਰਿਸ਼ਤੇ ਨੂੰ ਜਿਹੜਾ ਪੁਆਇੰਟ ਆਊਟ ਕਰਕੇ ਇਹ ਫੇਰ ਤੁਸੀਂ ਉਹਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹੋ ਕਿ ਸਾਡੇ ਸਭਿਆਚਾਰ ਦਾ ਹਿੱਸਾ ਹੈ ਤੇ ਉਹ ਸਾਡੇ ਸਭਿਆਚਾਰ ਦਾ ਹਿੱਸਾ ਇਸ ਤਰੀਕੇ ਨਾਲ ਹੁੰਦਾ ਹੀ ਨਹੀਂ ਤੁਸੀਂ ਨਸ਼ਾ ਨੂੰ ਪ੍ਰਮੋਟ ਕਰਦੇ ਹੋ ਤੁਸੀਂ ਵਾਇਲੈਂਸ ਨੂੰ ਪ੍ਰਮੋਟ ਕਰਦੇ ਹੋ ਜਾਂ ਹੋਰ ਹੈ ਵਾਇਲੈਂਸ ਸੋਸਾਇਟੀ ਦੇ ਵਿੱਚ ਹੈਗਾ ਉਹ ਕਿਸੇ ਕਿਸੇ ਤਰੀਕੇ ਨਾਲ ਹੈ ਇੱਕ ਪਿੰਡ ਦੇ ਵਿੱਚ ਕਿੰਨੇ ਕ ਹਥਿਆਰ ਹੁੰਦੇ ਹੋਣਗੇ ਕਿੰਨੇ ਕ ਲੋਕ ਪਿੰਡਾਂ ਚ ਗਲੀਆਂ ਚ ਗੰਡਾਸੇ ਚੱਕੀ ਫਿਰਦੇ ਆ ਟਕੂਏ ਤੇ ਟਕੂਆ ਉਹ ਛੋਟੀ ਪਰਸੈਂਟੇਜ ਉਹ ਪੁਰੀਆਂ ਪਿੱਛੇ ਕਿੰਨਾ ਕ ਪਿੰਡਾਂ ਦੀਆਂ ਗਲੀਆਂ ਚ ਟਕੂਏ ਤੇ ਟਕੂਆ ਖੜਕਦਾ ਮੈਨੂੰ ਇਹ ਦੱਸੋ ਜੇ ਉਹ ਹੁਣ ਉਹ ਗੀਤ ਦੇ ਵਿੱਚ ਇਦਾਂ ਹੈ ਕਿ ਜਿਹੜਾ ਇੱਕ ਇਸ਼ਕ ਹੈ ਸਾਡੇ ਕੋਲ ਤਾਂ ਇੱਕ ਏਡੀ ਵੱਡੀ ਲਿਗੇਸੀ ਹੈ ਜੀ ਇਸ਼ਕ ਦੀ ਇਸ਼ਕ ਹਕੀਕੀ ਦੀ ਵੀ ਇਸ਼ਕ ਮਜਾਜ਼ੀ ਦੀ ਵੀ ਤੇ ਉਹਦੇ ਚ ਦੱਸੋ ਕਦੇ ਹੀਰ ਰਾਂਝੇ ਦੇ ਚੱਕਰ ਦੇ ਵਿੱਚ ਕਦੇ ਟਕੂਆ ਖੜਕਿਆ ਕਦੇ ਸੱਸੂ ਸੱਸੀ ਪੁੰਨੂ ਦੇ ਪਿਆਰ ਚ ਟਕੂਆ ਖੜਕਿਆ ਜਾਂ ਹੋਰ ਮਤਲਬ ਕਿ ਇੱਕ ਇਸ ਪਾਸੇ ਨੂੰ ਤੁਸੀਂ ਲੈ ਕੇ ਜਾਂਦੇ ਹੋ ਉਹਦੇ ਲਈ ਤੁਸੀਂ ਜ਼ਿੰਮੇਵਾਰ ਹੁੰਦੇ ਹੋ ਠੀਕ ਹੈ ਤਾਂ ਜੇ ਆਪਾਂ ਇਹ ਸਮਝੀਏ ਕਿ ਜਿਹੜੇ ਪ੍ਰਦਰਸ਼ ਦੇ ਵਿੱਚ ਅਮਰ ਸਿੰਘ ਚਮਕੀਲਾ ਪੰਜਾਬੀ ਗਾਇਕੀ ਚ ਐਂਟਰ ਹੁੰਦਾ ਅਸਮੀਆਂ ਦੇ ਵਿੱਚ ਉਸ ਤੋਂ ਪਹਿਲਾਂ ਦਾ ਜਿਹੜਾ ਪੰਜਾਬੀ ਗਾਇਕੀ ਦਾ ਸਫ਼ਰ ਹੈ ਖਾਸ ਤੌਰ ਤੇ ਇਸ ਕਿਸਮ ਦੇ ਜਿਹੜੇ ਸਬਜੈਕਟ ਨੇ ਉਹਨਾਂ ਦੇ ਹਵਾਲੇ ਨਾਲ ਉਹਨੂੰ ਕਿੱਥੇ ਖੜਾ ਦੇ ਦੇ ਉਹਦੇ ਜਿਹੜਾ ਜਿਹੜਾ ਚੌਕਟ ਹੈ ਅਮਰ ਸਿੰਘ ਚਮਕੀਲਾ ਜੀ ਜੋ ਐਂਟਰ ਕਰਦਾ ਉਹ ਚੌਕਟਾ ਕੀ ਹੈ ਨਹੀਂ ਦੇਖੋ ਆਪਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਜਿਹੀ ਮਿਸਾਲ ਦੇਵਾਂ ਆਪਾਂ ਖੇਡਦੇ ਆ ਕੋਈ ਵੀ ਕੋਈ ਵੀ ਗੇਮ ਆ ਚਲੋ ਲੋਕ ਖੇਡਾਂ ਦੀ ਗੱਲ ਕਰੀਏ ਕਿਉਂਕਿ ਆਪਾਂ ਫੋਕ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਕੁਝ ਨਿਯਮ ਨੇ ਤੇ ਉਹਨਾਂ ਨਿਯਮਾਂ ਦੇ ਵਿੱਚ ਰਹਿ ਕੇ ਆਪਾਂ ਉਹ ਖੇਡਦੇ ਆ ਭਾਵੇਂ ਉਹ ਕਬੱਡੀ ਆ ਭਾਵੇਂ ਕੁਸ਼ਤੀਆਂ ਨੇ ਜਾਂ ਹੋਰ ਜਦੋਂ ਤੁਸੀਂ ਉਹ ਜਿਹੜੀ ਲక్ష్ਮਣ ਰੇਖਾ ਜਿਹੜੀ ਨਿਯਮਾਂ ਦੀ ਉਲੰਘ ਕੇ ਗੱਲ ਕਰਦੇ ਹੋ ਤੇ ਭੂਸੜਾ ਤੁਹਾਨੂੰ ਮਾਰ ਕੇ ਬਾਜੀ ਦੇ ਪੱਦਰ ਤੇ ਉਹ ਗੱਲ ਜਿਆਦਾ ਕਿਸੇ ਨੂੰ ਚੰਗੀ ਲੱਗਦੀ ਹੋਵੇ ਉਹ ਕੋਈ ਨਾ ਵੀ ਲੱਗਦੀ ਹੋਵੇ ਹੁਣ ਚਮਕੀਲਾ ਇੱਕ ਉਹ ਫੇਜ਼ ਹੈ ਜਦੋਂ ਸਾਡੀ ਗਾਇਕੀ ਦੇ ਵਿੱਚ ਜਿਹੜੇ ਸਾਡੇ ਰਿਸ਼ਤਿਆਂ ਦੇ ਵਿੱਚ ਇੱਕ ਰੋਮਾਂਟਿਕ ਦੌਰ ਹੈ ਰਿਸ਼ਤਿਆਂ ਦਾ ਮੈਂ ਨਹੀਂ ਕਹਿੰਦਾ ਕਿ ਪਹਿਲਾਂ ਕਿਸੇ ਨੇ ਗਾਇਆ ਨਹੀਂ ਮੁਹੰਮਦ ਸਰੀਕ ਰਣਜੀਤ ਕੌਰ ਨੇ ਗਾਇਆ ਕੇ ਦੀਪ ਜਗਮੁਣ ਕੌਰ ਨੇ ਗਾਇਆ ਦਦਾਰ ਸੰਦੂਰ ਨੇ ਗਾਇਆ ਕਰਨੈਲ ਗਿਲ ਨੇ ਗਾਇਆ ਇੱਥੋਂ ਤੱਕ ਕਿ ਸੁਰਿੰਦਰ ਕੌਰ ਜਿਹਨਾਂ ਨੂੰ ਅਸੀਂ ਬੜੇ ਇਦਾਂ ਸਮਝਿਆ ਸੁਰਿੰਦਰ ਕੌਰ ਨੇ ਤਾਂ ਕਿੰਨੇ ਹੀ ਜਿਹੜੇ ਹੈਗਾ ਮੇਲ ਸਿੰਗਰਾਂ ਦੇ ਨਾਲ ਜਿਹੜੇ ਇਹ ਇਦਾਂ ਦੇ ਰੰਗੀਲੇ ਜੱਟ ਨਾਲ ਹੋਰ ਰੋਮਾਂਟਿਕ ਗੀਤ ਗਾਏ ਤੇ ਪਰ ਉਹ ਉਹਦੀ ਵੀ ਇੱਕ ਹੱਦ ਹੈ ਨਾ ਜੀ ਉਹ ਉਹਦੀ ਉਹ ਇੱਕ ਹੱਦ ਦੇ ਵਿੱਚ ਜਿੱਥੇ ਆਪਾਂ ਆਪਾਂ ਆਮ ਗੱਲ ਇਹ ਕਰਦੇ ਆਂ ਵੀ ਜਿਹੜੇ ਨੂੰ ਆਪਾਂ ਪਰ ਉਹਨੇ ਬਲੰਟ ਨਹੀਂ ਸੀ ਜਾਂ ਉਹਦੇ ਵਿੱਚ ਵੇਰੀਏਸ਼ਨ ਸੀ ਹੋਰ ਸਬਜੈਕਟਾਂ ਦੇ ਵੀ ਗਾਉਂਦੇ ਸੀ ਨਹੀਂ ਉਹ ਕਈ ਗੱਲਾਂ ਦੇਖੋ ਸੰਬੋਲਿਕ ਹੁੰਦੀਆਂ ਸੀ ਤੇ ਉਹ ਹੁਣ ਸੰਬੋਲਿਕ ਜਿਹੜੀਆਂ ਗੱਲਾਂ ਨੂੰ ਤੁਸੀਂ ਬਿਲਕੁਲ ਐ ਨੰਗੀਆਂ ਚਿੱਟੀਆਂ ਕਰਕੇ ਲਿਆ ਕੇ ਰੱਖ ਦਿਓ ਤੇ ਇੱਕ ਜਿਹੜੀ ਇੱਕ ਮੈਂ ਕਹਿੰਦਾ ਕਿ ਜਿਹੜੀ ਉਹਦੀ ਪੇਸ਼ਕਾਰੀ ਹੈ ਇੱਕ ਉਹ ਵਲਗੈਰਿਟੀ ਵੱਲ ਇੱਕ ਪੋਰਨੋ ਉਹਦੇ ਵੱਲ ਜਦੋਂ ਤੁਸੀਂ ਜਾਂਦੀ ਹੈ ਉਦੋਂ ਪਹਿਲਾਂ ਚਮਕੀਲੇ ਤੋਂ ਪਹਿਲਾਂ ਇਹ ਨਹੀਂ ਸੀ ਮੈਂ ਸਮਝਦਾ ਕਿ ਚਮਕੀਲੇ ਵੇਲੇ ਸਾਡਾ ਜਿਹੜਾ ਹੈਗਾ ਗਾਇਕੀ ਦਾ ਜਿਹੜਾ ਇਹ ਇਹ ਜਿਹੜਾ ਦੌਰ ਹੈ ਜਿਹਨੂੰ ਤੁਸੀਂ ਰਿਮਾਂਡ ਸੀਜ਼ਨ ਦਾ ਨਾਮ ਦੇ ਲੋ ਕੁਝ ਵੀ ਕਹਿ ਲੋ ਉਹ ਥੱਲੇ ਨੂੰ ਆਇਆ ਹੈ ਉਹ ਨਿਵਾਣ ਵਾਲ ਵਾਦਾ ਕਿਉਂਕਿ ਉਹਨੇ ਜੋ ਚੀਜ਼ਾਂ ਉਹਨੇ ਵਰਤੀਆਂ ਮਤਲਬ ਕਿ ਫਿਰ ਇਹਦਾ ਮਤਲਬ ਜਿਹੜਾ ਚਮਕੀਲਾ ਜਿਹਨੂੰ ਰਜਿਸਟੈਂਸ ਦਾ ਸੌਂਗਰ ਕਿਹਾ ਜਾ ਰਿਹਾ ਤਾਂ ਉਹ ਪੰਜਾਬੀ ਗਾਇਕੀ ਦੇ ਵਿੱਚ ਜਾਂ ਗੀਤਕਾਰੀ ਦੇ ਵਿੱਚ ਆਈ ਨਿਵਾਣ ਦਾ ਪ੍ਰਤੀਕ ਹੈ ਬਿਲਕੁਲ ਉਹ ਨਿਹਾਰ ਦਾ ਪ੍ਰਤੀਕ ਹੈ ਕਿਤੇ ਉਹ ਰਜਿਸਟੈਂਸ ਦਾ ਤਾਂ ਹੈ ਹੀ ਨਹੀਂ ਨਾ ਰਜਿਸਟੈਂਸ ਉਹ ਕਿੱਥੇ ਹੈ ਦੱਸੋ ਇਹ ਕਿਹੜੇ ਉਹਦੇ ਗੀਤ ਦੇ ਵਿੱਚ ਜਿੱਥੇ ਉਹ ਪੰਜਾਬ ਦੇ ਕਰੈਕਟਰ ਨੂੰ ਦੱਸਦਾ ਹੋਵੇ 1 2 2 4 ਉਹਦੇ ਧਾਰਮਿਕ ਗੀਤ ਨੇ ਅੱਛੇ ਨੇ ਮੈਂ ਦੇਖੋ ਕਹਿੰਦਾ ਉਹਦੀ ਆਵਾਜ਼ ਬਹੁਤ ਅੱਛੀ ਸੀ ਬੜੀ ਸੁਰੀਲਾ ਸੀ ਸਾਰਾ ਮਹਿਮਾਨ ਦਾ ਤੋਖੋਲੀ ਆ ਤੇ ਗੀਤ ਦਾ ਉਹਦੇ ਕੋਲੇ ਸਾਰਾ ਕੁਝ ਸੀਗਾ ਇਹਦੀਆਂ ਤਾਂ ਅਸੀਂ ਬਿਲਕੁਲ ਇਸ ਪੱਖੋਂ ਤਾਂ ਅਸੀਂ ਦੇਖ ਨਹੀਂ ਰਹੇ ਅਸੀਂ ਸਿਰਫ ਉਹਦਾ ਜਿਹੜਾ ਹੈਗਾ ਸਬਜੈਕਟ ਜਿਹੜਾ ਸਬਜੈਕਟ ਜਿਹੜਾ ਮੈਟਰ ਹੈ ਉਹ ਕੀ ਸੀਗਾ ਉਹ ਬਹੁਤ ਜ਼ਿਆਦਾ ਨਿਮਾਨ ਬਲ ਗਿਆ ਤੇ ਤੁਸੀਂ ਕਦੇ ਜਿਹੜਾ ਹੈਗਾ ਘਰਾਂ ਦੇ ਵਿੱਚ ਜਾਂ ਹੋਰ ਉਹਦੇ ਗੀਤ ਨਹੀਂ ਤੁਸੀਂ ਸੁਣ ਸਕਦੇ ਹੁਣ ਜਦੋਂ ਰਿਲੇਸ਼ਨ ਹੈ ਦੇਖੋ ਸਾਡੇ ਭਾਵੇਂ ਮੈਰਿਟਲ ਰਿਲੇਸ਼ਨ ਹੈ ਭਾਵੇਂ ਐਕਸਟਰਾ ਮੈਰਿਟਲ ਰਿਲੇਸ਼ਨ ਨੇ ਉਹਦੇ ਚ ਸਾਡਾ ਇੱਕ ਸੈਕਸੂਅਲ ਇੰਟਰ ਕੋਰਸ ਇੱਕ ਨੈਚੁਰਲ ਜਿਹੜੇ ਆ ਸਾਰਿਆਂ ਨੂੰ ਪਤਾ ਹੈ ਬੱਚਿਆਂ ਨੂੰ ਵੀ ਪਤਾ ਸਾਰਾ ਕੁਝ ਹੈ ਪਰ ਉਹਨੂੰ ਇਦਾਂ ਪਰੋਸ ਕੇ ਪੇਸ਼ ਕਰਨਾ ਹੈ ਨਾ ਤੇ ਉਹਦੇ ਚ ਆਟੇ ਵਾਂਗੂ ਗੁਨਤੀ ਬਿਲਕੁਲ ਹਾਂ ਚਾਰ ਦਿਨ ਸਹੁਰਿਆਂ ਦੇ ਘਰ ਰਹਿ ਕੇ ਆਈ ਉਸ ਤੋਂ ਬਾਅਦ ਉਹ ਕਹਿੰਦਾ ਆਟੇ ਵਾਂਗੂ ਗੁਨਤੀ ਬਗਾਨੇ ਪੁੱਤ ਨੇ ਉਹਨੂੰ ਜਿਹੜੀ ਜਿਹੜੀ ਸੈਕਸ਼ੁਅਲ ਇੰਟਰਕੋਰਸ ਜਿਹੜਾ ਉਹ ਤਾਂ ਐਸਥੈਟਿਕ ਹੈ ਮੈਂ ਵੀ ਉਹ 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 ਹੁਣ ਕਿਸ ਪਾਸੇ ਨੂੰ ਉਹ ਲੈ ਕੇ ਜਾਂਦਾ ਹੈ ਹਨ ਜਿਹੜੀਆਂ ਕਿੱਦਾਂ ਦੀਆਂ ਉਹ ਤਸਵੀਰਾਂ ਵਰਤਦਾ ਜਿਵੇਂ ਇੱਕ ਚੋ ਕਹਿੰਦਾ ਇੱਕ ਕੁੱਤੇ ਸੌ ਜਾਵੇ ਸ਼ਰਾਬੀ ਬਣ ਕੇ ਹਨ ਤੇ ਇੱਕ ਹੋਰ ਆ ਉਹਦਾ ਗੀਤ ਸਾਰਾ ਪਿੰਡ ਤੈਨੂੰ ਟਿਚਰਾਂ ਕਰਦਾ ਤੂੰ ਬੂਹੇ ਵਿੱਚ ਨਹਾਉਂਦੀ ਉੱਡ ਜਾ ਕਬੂਤਰੀ ਐ ਡਾਰਕ ਮਕਾਵਾਂ ਦੀ ਆਉਂਦੀ ਮਤਲਬ ਕਿ ਇਸ ਇਹ ਲੋਕਾਂ ਦੀਆਂ ਸਮੱਸਿਆਵਾਂ ਹੈਗੀਆਂ ਪਿੰਡਾਂ 'ਚ ਜਿੱਥੇ ਬਾਥਰੂਮ ਨਹੀਂ ਜਾਂ ਹੋਰ ਹੈ ਲੋਕਾਂ ਨੂੰ ਇਦਾਂ ਜਿਹੜਾ ਹੈ ਕੁੜੀਆਂ ਲੇਡੀਜ਼ ਨੂੰ ਨਹਾਉਣ ਦੀ ਗੱਲ ਪਰ ਉਹਨੂੰ ਤੁਸੀਂ ਇੱਕ ਰੋਮਾਂਟਿਕ ਉਹਦੇ ਵਿੱਚ ਬਦਲ ਦਿਓ ਸੰਤਰਾਵਾ ਦਾਸੀ ਨੇ ਵੀ ਤਾਂ ਇਹ ਸਮੱਸਿਆਵਾਂ ਲਿਖੀਆਂ ਨੇ ਆਪਦੇ ਗੀਤਾਂ 'ਚ ਜਿੱਥੇ ਰਜਿਸਟੈਂਸ ਦੀ ਜੇ ਆਪਾਂ ਗੱਲ ਕਰਨੀ ਹੋਵੇ ਤੇ ਪਰ ਹੁਣ ਚਮਕੀਲਾ ਉਹਨੂੰ ਕਿਸ ਪਾਸੇ ਨੂੰ ਲੈ ਕੇ ਜਾਂਦਾ ਨਹੀਂ ਫਿਰ ਜਿਹੜਾ ਮੰਨ ਲਓ ਉਹ ਆਰਟੀਕਲ ਹੈਗਾ ਜਿਵੇਂ ਉਹਦੇ ਵਿੱਚ ਇੱਕ ਅਵਤਾਰ ਸਿੰਘ ਪਾਸ ਜਿਹੜੇ ਪੋਇਟ ਹੋਏ ਨੇ ਉਹਨਾਂ ਨੂੰ ਜੋੜਿਆ ਗਿਆ ਫਿਰ ਸੁਮੇਤ ਨੂੰ ਜੋੜਿਆ ਗਿਆ ਉਹ ਜਿਹੜਾ ਮੈਚ ਹੈ ਉਹ ਮੈਚ ਤੁਹਾਨੂੰ ਕੀ ਲੱਗਦਾ ਵੀ ਮਲਗੀ ਚਮਕੀਲਾ ਉਹਨਾਂ ਦੀ ਕਤਾਰ ਚ ਖੜਦਾ ਹੈ ਨਹੀਂ ਬਿਲਕੁਲ ਨਹੀਂ ਇਹ ਤਾਂ ਬਿਲਕੁਲ ਮਿਸ ਮੈਚ ਹੈ ਇਹ ਤਾਂ ਸਿਰਫ ਤੇ ਸਿਰਫ ਉਸ ਦੌਰ ਨੂੰ ਦੱਸਣ ਵਾਸਤੇ ਵੀ ਉਸ ਦੌਰ ਦੇ ਵਿੱਚ ਆ ਹੋਇਆ ਉਸ ਦੌਰ ਦੇ ਵਿੱਚ ਚਮਕੀਲਾ ਵੀ ਮਾਰੇ ਗਿਆ ਤੇ ਮੈਂ ਇਸ ਗੱਲ ਦੇ ਮੈਂ ਸ਼ੁਰੂ ਚ ਹੀ ਕਹਿਆ ਸੀ ਵੀ ਬਿਲਕੁਲ ਮੈਂ ਹੱਕ ਚ ਨਹੀਂ ਪਰ ਇਹ ਵੀ ਜੇ ਤੁਸੀਂ ਇਹ ਕਹੋ ਵੀ ਉਹ ਰੈਜ਼ਿਸਟੈਂਸ ਸੀ ਜਾਂ ਉਹ ਇੱਕ ਇਦਾਂ ਦੀ ਗੱਲ ਕਰਦਾ ਸੀ ਤੇ ਜਾਂ ਖਾਲਸਤਾਨੀਆਂ ਦੇ ਖਿਲਾਫ ਸੀ ਜਾਂ ਹੋਰ ਉਹਨੂੰ ਤਾਂ ਮਾਰੇ ਗਿਆ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਉਸ ਵੇਲੇ ਜੀ ਦੇਖੋ ਸਮਾਜ ਸੁਧਾਰ ਦੇ ਉਹਨਾਂ ਨੇ ਲਹਿਰ ਚਲਾਈ ਹੋਈ ਸੀ ਤੇ ਇਸ ਕਰਕੇ ਉਹਨਾਂ ਨੇ ਵਾਰਨਿੰਗ ਦਿੱਤੀ ਹੋਈ ਸੀ ਤੇ ਵਾਰਨਿੰਗ ਤਾਂ ਬਹੁਤ ਸਾਰੀਆਂ ਸੋਸਾਇਟੀ ਦੇ ਵਿੱਚ ਦੁਨੀਆਂ ਦੇ ਵਿੱਚ ਚੱਲਦੀਆਂ ਨੇ ਕੋਈ ਵਾਰਨਿੰਗ ਨੂੰ ਕੋਈ ਉਲੰਘ ਦਿੰਦਾ ਕੋਈ ਮੰਨ ਲੈਂਦਾ ਕੋਈ ਨਹੀਂ ਮੰਨਦਾ ਤੇ ਪਰ ਜੇ ਤੁਸੀਂ ਉਹਨੂੰ ਸਿਰਫ ਤੇ ਸਿਰਫ ਇਹ ਜੋੜੋ ਵੀ ਉਹ ਤਾਂ ਜੀ ਮੰਨ ਲਓ ਜੀ ਖਾਲਸਤਾਨੀਆਂ ਵੱਲੋਂ ਮਾਰਿਆ ਗਿਆ ਤਾਂ ਉਹ ਸ਼ਹੀਦ ਹੈ ਜਾਂ ਉਹ ਬਗਾਗੀ ਹੈ ਇਹ ਚੀਜ਼ ਤੁਹਾਨੂੰ ਲੱਗਦਾ ਵੀ ਨਹੀਂ ਬਿਲਕੁਲ ਜੇ ਬੰਦਾ ਆਪਣੀ ਮੌਤ ਮਰ ਜਾਂਦਾ ਜਾਂ ਹੋਰ ਹੈ ਫੇਰ ਸ਼ਾਇਦ ਇਹ ਨੋਟਸ ਇਸ ਗੱਲ ਦਾ ਨਾਂ ਲਿਆ ਜਾਂਦਾ ਤੇ ਪਰ ਇਹ ਵੀ ਇਹ ਵੀ ਹੋ ਸਕਦਾ ਹੈ ਵੀ ਜੇ ਉਹ ਨਾਂ ਉਹਨੂੰ ਮਾਰਿਆ ਜਾਂਦਾ ਤੇ ਉਹ ਚੰਗੇ ਗੀਤਾਂ ਵਾਲੇ ਪਾਸੇ ਵੀ ਆ ਸਕਦਾ ਸੀਗਾ ਕਿਉਂਕਿ ਜਿਹੜੀ 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 ਰਾਈਟਅਪ ਦੀ ਪੋਲਿਟਿਕਸ ਹੈ ਜੀ ਆਪਾਂ ਉਹਦਾ ਉਹਦੀ ਉਹਨੂੰ ਸਮਝਣਾ ਹੋਵੇ ਤਾਂ ਉਹਦੇ ਵਿੱਚ ਤਾਂ ਕਿਤੇ ਨਾ ਕਿਤੇ ਇਹੀ ਲੱਗ ਰਿਹਾ ਹੈ ਵੀ ਉਹਦੀ ਜਿਹੜੀ ਸਾਂਝੀ ਚੂਲ ਹੈ ਸਾਰੇ ਬੰਦਿਆਂ ਨਾਲ ਉਹ ਇਹੀ ਹੈ ਕਿ ਉਹ ਖਾਲਿਸਤਾਨੀ ਮਿਲਿਟੈਂਟਸ ਦੇ ਵੱਲੋਂ ਮਾਰਿਆ ਗਿਆ ਇਸ ਕਰਕੇ ਉਹਨਾਂ ਦੀ ਕਤਾਰ 'ਚ ਜਾ ਕੇ ਖੜਾ ਹੋ ਗਿਆ ਉਤਾਰ ਪਾਸ਼ ਦੀ ਜਾਂ ਸੁਮੀਤ ਉਹਨਾਂ ਦੀ ਜਾਂ ਜੈਮਲ ਪੱਡੇ ਦੀ ਨਹੀਂ ਦੇਖੋ ਦੋ ਤਿੰਨ ਇਹ ਹੈਗੀਆਂ ਜੇ ਜਿਹੜੀ ਚਮਕੀਲੇ ਵਾਲੀ ਘਟਨਾ ਹੈ ਚਮਕੀਲਾ ਖਾੜਾ ਲਾਉਣ ਗਿਆ ਸੀ ਜਿਹੜਾ ਮੈਸਮਪੁਰ ਪਿੰਡ ਦੇ ਜੀ ਜੀ ਉਹਨੂੰ ਲਲਕਾਰ ਕੇ ਮਾਰਿਆ ਉਹਨਾਂ ਨੇ ਠੀਕ ਹੈ ਕਿ ਨਹੀਂ ਉਹ ਉਹਨੂੰ ਇਹ ਪਹਿਲੇ ਪਰਚੀ ਭੇਜੀ ਵੀ ਦੁਖੜਾ ਨਾ ਲਾ ਉਹਨੇ ਪਾੜ ਕੇ ਸਿੱਟੀ ਵੀ ਇਦਾਂ ਦੀਆਂ ਗਿੱਦੜ ਚਿੱਠੀਆਂ ਮੈਨੂੰ ਵੀ ਆ ਗਈਆਂ ਤੇ ਜੇ ਹੁਣ ਉਹਨੂੰ ਤੁਸੀਂ ਜੋੜੋਗੇ ਜਿੱਦਾਂ ਆਪਾਸ਼ ਨੂੰ ਮਾਰਿਆ ਗਿਆ ਆਪਣੇ ਪਿੰਡ ਤਲਵੰਡੀ ਸਲੇਮ ਟੂਬਲ ਤੇ ਨਹਾ ਰਹੇ ਸੀ ਜਾਂ ਹੋ ਰਿਹਾ ਉਹਨੂੰ ਘਾਤ ਲਾ ਕੇ ਮਾਰਿਆ ਹੈ ਜੀ ਤੇ ਜਾਂ ਸੁਮੇਤ ਨੂੰ ਮਾਰਿਆ ਗਿਆ ਜਿਵੇਂ ਆਰਟੀਕਲ ਦੇ ਵਿੱਚ ਜ਼ਿਕਰ ਕੀਤਾ ਹੈ ਸੁਮੇਤ ਤਾਂ ਉਦਾਂ ਹੀ ਉਹਨਾਂ ਨੂੰ ਲੱਗਿਆ ਵੀ ਕਿ ਇਹ ਰੋਡਾ ਬੰਦਾ ਬੈਠਾ ਪਿੱਛੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਮਾਰਨ ਵਾਲਾ ਉਹ ਸੁਮੇਤ ਹੈ ਜਾਂ ਵੀ ਇਹ ਆਪਣਾ ਹਾਂ ਵੀ ਉਹਨਾਂ ਦੇ ਲਿਖਤਾਂ ਕਰਕੇ ਮਾਰਿਆ ਗਿਆ ਬਿਲਕੁਲ ਲਿਖਤਾਂ ਕਰਕੇ ਮਾਰਿਆ ਜਿਵੇਂ ਬਾਅਦ ਚ ਪੁੱਟ ਕੀਤਾ ਜਿਵੇਂ ਬਾਅਦ ਚ ਪ੍ਰੀਤ ਲੜੀ ਨੇ ਪੁੱਟ ਕੀਤਾ ਜਾਂ ਜਿਹੜੀਆਂ ਲੈਫਟ ਧਿਰਾਂ ਨੇ ਵੀ ਕਈਆਂ ਨੇ ਇਹ ਇਸ ਬਾਰੇ ਪੁੱਟ ਹਾਲਾਂਕਿ ਉਹ ਬੰਦੇ ਬਾਅਦ ਵਿੱਚ ਫੜੇ ਜਾਂਦੇ ਆ ਤੇ ਉਹ ਉਹ ਗੱਲ ਮੰਨਦੇ ਵੀ ਸਾਨੂੰ ਤਾਂ ਇਹ ਪਤਾ ਹੀ ਨਹੀਂ ਸੀ ਵੀ ਜੋ ਬੰਦਾ ਕਹਿ ਦਿੰਦਾ ਵੀ ਮੈਂ ਇਦਾਂ ਕਰਕੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਪੋਤਾ ਵੀ ਸ਼ਾਇਦ ਅਸੀਂ ਨਾ ਹੀ ਗੋਲੀ ਮਾਰਦੇ ਤੇ ਇਹ ਵੀ ਮਤਲਬ ਉਹਨਾਂ ਨੇ ਕਮਿਟਮੈਂਟ ਸੌਰੀ ਕਮਿਟ ਕੀਤਾ ਬਾਅਦ ਵਿੱਚ ਕੀਤਾ ਕਨਫੈਸ਼ਨ ਕੀਤਾ ਹੈ ਤੇ ਇਹ ਜਿਹੜੀਆਂ ਗੱਲਾਂ ਨੇ ਜਦੋਂ ਤੁਸੀਂ ਇੱਕ ਰਸੇ ਬੰਨ੍ਹਦੇ ਹੋ ਸਾਰਿਆਂ ਨੂੰ ਤੇ ਮੈਂ ਸਮਝਦਾ ਕਿ ਫਿਰ ਜਿਹੜੀਆਂ ਬਾਕੀ ਦੀਆਂ ਗੱਲਾਂ ਨੇ ਜਾਂ ਬਾਕੀ ਪਾਸ਼ ਦੀ ਲਿਖਤ ਕਿੱਥੇ ਹੈ ਜੈਮਲ ਪੱਡੇ ਦੀ ਲਿਖਤ ਕਿੱਥੇ ਹੈ ਉਹ ਉਹਦਾ ਲੈਵਲ ਕੀ ਸੀ ਜਾਂ ਜੇ ਤੁਸੀਂ ਫਿਲਮ ਐਕਟਰ ਨੂੰ ਵਰਿੰਦਰ ਨਾਲ ਜੋੜ ਕੇ ਗੱਲ ਕਰਦੇ ਹੋ ਵਰਿੰਦਰ ਦਾ ਬਿਲਕੁਲ ਹੋਰ ਸੀ ਦੇਖੋ ਇਹਦੇ ਵਿੱਚ ਕਈ ਗੱਲਾਂ ਨੇ ਬਿਲਕੁਲ ਉਹਦੀ ਇੱਕ ਗੱਲ ਨਾਲ ਮੈਂ ਸਹਿਮਤ ਹਾਂ ਵੀ ਕਿਤੇ ਨਾ ਕਿਤੇ ਜਿਹੜੀਆਂ ਤੁਹਾਡੀਆਂ ਰੈਵਲਰੀਜ਼ ਸੀਗੀਆਂ ਜਾਂ ਜੈਲਸ ਸੀਗੀਆਂ ਉਹ ਵੀ ਇਨ੍ਹਾਂ ਕਤਲਾਂ ਦਾ ਕਾਰਨ ਬਣੀਆਂ ਤੇ ਪਰ ਇੱਕ ਗੱਲ ਇਹ ਵੀ ਰੈジਸਟੈਂਸ ਦਾ ਕਿਸੇ ਨੂੰ ਰਾਈਟਰ ਕਹਿਣਾ ਜਾਂ ਹੋਰ ਕਹਿਣਾ ਉਹਨੂੰ ਸਿਰਫ ਇਸ ਵਜ੍ਹਾ ਕਰਕੇ ਐਲੀਵੇਟ ਕਰ ਦੇਣਾ ਹਾਂ ਇਹ ਇਹ ਗੱਲ ਮੈਂ ਸਮਝਦਾ ਕਿ ਖਤਰਨਾਕ ਹੈ ਇਹ ਖਤਰਨਾਕ ਕਿਸ ਲਿਹਾਜ਼ ਨਾਲ ਹੈ ਖਤਰਨਾਕ ਇਸ ਲਿਹਾਜ਼ ਦੇ ਨਾਲ ਹੈ ਵੀ ਫੇਰ ਉਹਨੂੰ ਉਹਨੂੰ ਲੋਕ ਬੇਸ ਬਣਾਉਣਗੇ ਵੀ ਹਾਂ ਜੇ ਉਹਨੂੰ ਜੇ ਸਾਡੇ ਪੱਤਰਕਾਰ ਸਾਡੀ ਪ੍ਰੈਸ ਸਾਡੇ ਨੈਸ਼ਨਲ ਲੈਵਲ ਦੇ ਅਖਬਾਰ ਸਾਡਾ ਮੀਡੀਆ ਇਹ ਕਹਿੰਦਾ ਵੀ ਜੇ ਇਦਾਂ ਲਿਖਣ ਵਾਲਾ ਬੰਦਾ ਜਿਹੜਾ ਹੈਗਾ ਉਹ ਉਹਦੇ ਅੰਦਰ ਨਾਬਰੀ ਹੈ ਜਾਂ ਇਹਨੂੰ ਨਾਬਰੀ ਮੰਨਦਾ ਹੈ ਤੇ ਘੱਟੋ ਘੱਟ ਜਿਹੜੇ ਲੋਕ ਪੰਜਾਬ ਦੇ ਸੱਭਿਆਚਾਰ ਨੂੰ ਸਮਝਦੇ ਉਹਨਾਂ ਨੂੰ ਪਤਾ ਵੀ ਨਾਬਰੀ ਕੀ ਹੈ ਨਾਬਰੀ ਕੀ ਹੈ ਤੇ ਨਾਬਰੀ ਤਾਂ ਇੱਥੇ ਡਾਕੂਆਂ ਦੇ ਸਾਡੇ ਕੋਲੇ ਰਹੇ ਨੇ ਕਿੰਨਾ ਵੱਡਾ ਇਤਿਹਾਸ ਹੈ ਤੇ ਕਿਸੇ ਡਾਕੂ ਦਾ ਇਹ ਪੱਖ ਦੱਸਣ ਉਹ ਤੇ ਵੀ ਜਿਹੜਾ ਹੈਗਾ ਕੋਈ ਏਦਾਂ ਦੀ ਕੋਈ ਗੱਲ ਕਰਦਾ ਹੋਵੇ ਉਹਦੇ ਚ ਬਲਗੈਰਿਟੀ ਹੋਵੇ ਜਾਂ ਹੋਰ ਤੇ ਪਰ ਇਹ ਜਿਹੜੀ ਗੱਲ ਇਸ ਕਰਕੇ ਖਤਰਨਾਕ ਹੈ ਕਿ ਇਹਨੂੰ ਬੁਨਿਆਦ ਬਣਾ ਕੇ ਅੱਗੋਂ ਤੋਂ ਸਭਿਆਚਾਰ ਕਿੱਧਰ ਨੂੰ ਤੁਰਨਾ ਹੈ ਜੇ ਖਤਰਨਾਕ ਹੈ ਤੁਸੀਂ ਕਹਿੰਦੇ ਅੱਗੋਂ ਸਭਿਆਚਾਰ ਕਿੱਧਰ ਨੂੰ ਤੁਰਨਾ ਹੈ ਤੇ ਇਹ ਤਾਂ ਮੰਨ ਲਓ ਇੱਕ ਆਰਟੀਕਲ ਹੈ ਮੈਂ ਹੈਜ਼ ਤੇ ਹੁਣ ਇੱਕ ਪੂਰੀ ਸੋਰੀ ਫਿਲਮ ਆ ਰਹੀ ਹੈ ਨੈਟਫਲਿਕਸ ਤੇ ਬਾਲੀਵੁੱਡ ਦਾ ਬਾਲੀਵੁੱਡ ਦਾ ਪੰਜਾਬ ਦਾ ਹਮੇਸ਼ਾ ਨਾਰਾਜ਼ਗੀ ਰਹੀ ਹੈ ਕਿ ਉਹ ਅਨਫੇਅਰਲੀ ਰਿਪਰੈਜ਼ੈਂਟ ਕਰਦਾ ਭਾਰਤੀਨ ਵੈਲੀ ਦੀ ਵੀ ਪਹਿਲਾਂ ਗੱਲ ਕੀਤੀ ਸੀ ਤਾਂ ਉਹਦੇ ਵਿੱਚ ਵੀ ਇਹ ਜਿਹੜੀ ਇਹ ਫਿਲਮ ਇਸ ਕਿਸਮ ਦੇ ਕਿਰਦਾਰ ਤੇ ਜਿਹਦੇ ਬਾਰੇ ਇਹਨੇ ਸ਼ੰਕੇ ਨੇ ਆ ਜਿਹਦੇ ਬਾਰੇ ਤੁਸੀਂ ਕਿਹਾ ਕਿ ਉਹ ਪੰਜਾਬੀ 뮤직 ਦਾ ਇੱਕ ਜਿਹੜਾ ਨਿਵਾਨ ਹੈ ਉਹਦਾ ਰਿਪਰੈਜ਼ੈਂਟੇਟਿਵ ਹੈ ਉਹਨੂੰ ਚੱਕ ਕੇ ਕਰੈਕਟਰ ਨੂੰ ਇੱਕ ਬਾਲੀਵੁੱਡ ਫਿਲਮ ਬਣਾ ਰਿਹਾ ਤੁਸੀਂ ਇਸ ਗੱਲ ਨੂੰ ਕਿਦਾਂ ਦੇਖਦੇ ਹੋ ਨਹੀਂ ਦੇਖੋ ਜਿਹੜੇ ਜੰਨੀਆਂ ਵੀ ਫਿਲਮਾਂ ਨੇ ਪਹਿਲੀ ਗੱਲ ਤਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਾਡਾ ਜਿਹੜਾ ਸਿਨੇਮਾ ਹੈ ਉਹਦਾ ਹਾਲ ਤੇ ਹੈ ਕਿ ਸਾਡੇ ਸਿਨੇਮੇ ਦੇ ਵਿੱਚ ਭਾਵੇਂ ਉਹ ਸਾਡਾ ਹਿੰਦੁਸਤਾਨੀ ਸਿਨੇਮਾ ਹੈ ਭਾਵੇਂ ਪੰਜਾਬੀ ਦਾ ਸਿਨੇਮਾ ਹੈ ਵਿਕਦਾ ਕੀ ਹੈ ਡਾਇਰੈਕਟਰ ਪ੍ਰੋਡਿਊਸਰ ਹਮੇਸ਼ਾ ਇਹ ਦੇਖਦਾ ਹੈ ਮੈਂ ਪੇਸ਼ ਕੀ ਕਰਨਾ ਹੈ ਉਹ ਉਹਦਾ ਕੋਈ ਕੰਸਰਨ ਨਹੀਂ ਹੈ ਪੰਜਾਬ ਦੇ ਵਿੱਚੋਂ ਉਹਨੂੰ ਉਹਦਾ ਕੀ ਵਿਖ ਸਕਦਾ ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਜਿਹੜੀ ਹੁਣ ਪੰਜਾਬੀ ਸਿਨੇਮੇ ਦੀ ਜਾਂ ਸਾਡੇ ਸਿਨੇਮੇ ਦੀ ਜਿਹੜੀ ਆਡੀਅנס ਹੈ ਨਾ ਬਹੁਤ ਹੀ ਪੰਜਾਬੀ ਆਡੀਅנס ਜਿਹੜੀ ਡੈਸਪੋਰਾ ਬਾਹਰ ਹੈ ਜਿੱਥੇ ਬਹੁਤ ਮਹਿੰਗੇ ਵਿਕ ਜਾਂਦਾ ਮਿਊਜ਼ਿਕ ਮਹਿੰਗਾ ਵਿਕ ਜਾਂਦਾ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਉਹਨਾਂ ਦਾ ਹੀ ਜਿਹੜੀ ਜਿਹੜੀ ਟਾਰਗੇਟ ਆਡੀਅנס ਉਹਨਾਂ ਦੀ ਉਹ ਹੈ ਤੇ ਉਹਨਾਂ ਨੂੰ ਫਿਰ ਇਹ ਹੀ ਲੱਗਦਾ ਕਿ ਵੱਧ ਜਿਹੜੀ ਚੀਜ਼ ਜਿਹੜੀ ਆ ਉਹ ਕੀ ਵਿਕ ਸਕਦੀ ਹੈ ਪੰਜਾਬ ਦੇ ਤਾਂ ਹੋਰ ਮਸਲੇ ਨੇ ਪੰਜਾਬ ਦੇ ਵਿੱਚ ਕਿਸਾਨ ਅਜੇ ਵੀ ਤੁਰੇ ਫਿਰਦੇ ਆ ਬਾਰਡਰਾਂ ਤੇ ਪਹਿਲਾਂ ਕੋਈ ਕਿਸੇ ਨੇ ਹਿੰਮਤ ਕੀਤੀ ਕਿ ਕਿਸਾਨੀ ਦੇ ਉੱਤੇ ਕੋਈ ਫਿਲਮ ਬਣਾਈ ਜਾਵੇ ਜਾਂ ਕੋਈ ਇਦਾਂ ਦੀ ਕੋਈ ਗੱਲ ਪੰਜਾਬੀ ਦਾ ਡਰਾਮਾ ਪੰਜਾਬੀ ਦੀ ਕਹਾਣੀ ਪੰਜਾਬੀ ਦੀ ਪੋਇਟਰੀ ਕਿੱਥੇ ਖੜੀ ਹੈ ਤੇ ਪੰਜਾਬੀ ਦਾ ਸਿਨੇਮਾ ਕਿੱਥੇ ਖੜਾ ਤੁਸੀਂ ਇਹਦੇ ਵਿੱਚ ਇੱਕ ਜਿਹੜਾ ਫਰਕ ਬਹੁਤ ਕੋਹਾਂ ਦਾ ਜਿਹੜਾ ਤੁਸੀਂ ਫਰਕ ਦੇਖ ਸਕਦੇ ਹੋ ਉੱਥੋਂ ਪਤਾ ਲੱਗ ਜਾਂਦਾ ਵੀ ਪੰਜਾਬੀ ਦਾ ਜਿਹੜਾ ਰਾਈਟਰ ਹੈ ਜਾਂ ਹੋਰ ਉਹ ਕੀ ਫੀਲ ਕਰਦਾ ਹੈ ਜਿਹੜੀ ਜਿਹੜੀ ਬਾਲੀਵੁੱਡ ਦਾ ਵੀ ਜਿਹੜਾ ਸਿਨੇਮਾ ਆ ਰਿਹਾ ਹੈ ਮਨੂ ਪੰਜਾਬ ਦੇ ਹਵਾਲੇ ਨਾਲ ਜਿਹੜੀ ਫਿਲਮ ਬਣਾ ਰਹੇ ਕੋ ਪੰਜਾਬੀਆਂ ਦੇ ਤਰਾਹ ਦੀ ਰਹਿੰਦਾ ਹੈ ਕਿ ਸਾਨੂੰ अनफेयरली रिप्रेजेंट कर दे नी पॉलिटिक्स ਦੇ ਤਹਿਤ ਦੂਜਾ ਤੁਸੀਂ ਦੱਸਦਾ ਕਮਰਸ਼ੀਅਲ ਐਂਗਲ ਕਮਰਸ਼ੀਅਲ ਐਂਗਲ ਤਾਂ ਚਲੋ ਜਿਹੜੀ ਚੀਜ਼ ਵਿਕਦੀ ਉਹਨਾਂ ਨੇ ਉਹ ਦੇਣੀ ਹੈ ਪਰ ਇਹ ਜਿਹੜਾ ਅਨਫੇਅਰਲੀ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲਾ ਐਂਗਲ ਵੀ ਹੈ ਨਹੀਂ ਇਹ ਤਾਂ ਬਿਲਕੁਲ ਹੈ ਜੀ ਇਹ ਇਹ ਕੋਈ ਨਵੀਂ ਚੀਜ਼ ਨਹੀਂ ਹੂੰ ਤੁਸੀਂ ਜੇ ਪੁਰਾਣੀਆਂ ਤੋਂ ਪੁਰਾਣੀਆਂ ਫਿਲਮਾਂ ਦੇਖ ਲਓ ਉਹਦੇ ਚ ਕੀ ਹੈ ਸਰਦਾਰ ਟੈਕਸੀ ਡਰਾਈਵਰ ਹੋਊਗਾ ਉਹ ਮਜ਼ਾਕ ਦਾ ਪਾਤਰ ਹੋਊਗਾ ਹੂੰ ਤੇ ਜਾਂ ਕੋਈ ਉਹ ਇਦਾਂ ਦਾ ਕਿਤੇ ਡੰਡਾ ਲੈ ਕੇ ਚੌਕੀਦਾਰੀ ਕਰਦਾ ਹੋਊਗਾ ਤੇ ਉਹ ਇਸ ਕਿਸਮ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਹੈ ਉਹਨੂੰ ਉਹਦੇ ਚ ਪੇਸ਼ ਕੀਤਾ ਤੇ ਬਾਅਦ ਦੇ ਵਿੱਚ ਹੁਣ ਜਿਉਂ-ਜਿਉਂ ਜਿਉਂ-ਜਿਉਂ ਜਿਹੜੀ ਅੱਗੇ ਗੱਲ ਜਿਹੜੀ ਚੱਲਦੀ ਹੈ ਤੇ ਉਹ ਕਿਸੇ ਦਾ ਵੀ ਹੁਣ ਦੇਖੋ ਇੱਕ ਜਿਹੜੀ ਮਿਲਖਾ ਸਿੰਘ ਤੇ ਫਿਲਮ ਬਣੀ ਜੀ ਬਾਇਓਪਿਕ ਬਣੀ ਹਾਂ ਤੇ ਹਾਂ ਮਿਲਖਾ ਮਖਾ ਤੇ ਹੁਣ ਕਈ ਗੱਲਾਂ ਉਹਦੇ ਚ ਉਹਨੇ ਮਸਾਲਾ ਐਡ ਕੀਤਾ ਮਿਲਖਾ ਸਿੰਘ ਤੇ ਉਹ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਨਾ ਉਹਦੇ ਕਰੈਕਟਰ ਨਾਲ ਸੰਬੰਧਨ ਸੀ ਨਾ ਹੋਰ ਸੀ ਤੇ ਕੀ ਲੋੜ ਹੈ ਉਹਨਾਂ ਨੂੰ ਮਸਾਲਾ ਪਾਉਣ ਦੀ ਜਦੋਂ ਜੇ ਮਿਲਖਾ ਸਿੰਘ ਇੱਕ ਐਡੀ ਵੱਡੀ ਪਰਸਨੈਲਿਟੀ ਹੈ ਸਪੋਰਟਸ ਦੀ ਫਲਾਈਂਗ ਸਿੱਖੋ ਹੈਗਾ ਤਾਂ ਫਲਾਈਂਗ ਸਿੱਖ ਪੂਰੀ ਦੁਨੀਆ ਚ ਤੇ ਪਰ ਉਹਦੇ ਵਿੱਚ ਇਹ ਉੱਥੋਂ ਫਿਰ ਇਤਰਾਜ਼ ਪੰਜਾਬੀਆਂ ਦਾ ਸ਼ੁਰੂ ਹੁੰਦਾ ਹੁੰਦਾ ਹਾਂਜੀ ਤਾਂ ਇੱਥੇ ਤੁਸੀਂ ਕੀ ਦੇਖਦੇ ਹੋ ਮੰਨ ਲਓ ਜੀ ਚਮਕੀਲੇ ਵਰਗਾ ਇੱਕ ਹੁਣ ਦੇਖੋ ਜਿਹੜਾ ਬੰਦਾ ਤਾਮਿਲਨਾਡੂ ਚ ਫਿਲਮ ਦੇਖ ਰਿਹਾ ਹੈ ਜਾਂ ਜਿਹੜਾ ਕਿਸੇ ਸੈਂਟਰਲ ਇੰਡੀਆ ਦੇ ਦੇਖ ਰਿਹਾ ਉਹਨੂੰ ਤਾਂ ਲੱਗੂਗਾ ਨਾ ਵੀ ਇਹ ਜਿਹੜਾ ਚਮਕੀਲਾ ਹੈ ਉਹ ਪੰਜਾਬੀਆਂ ਦਾ ਰਿਪਰੈਜ਼ੈਂਟੇਟਿਵ ਹੈ ਇੱਕ ਗਾਇਕ ਹੈ ਇੰਨਾ ਪਪੂਲਰ ਹੈ ਤਾਂ ਫਿਰ ਜਿਹੜਾ ਨੈਸ਼ਨਲ ਕੈਰੈਕਟਰ ਦੇ ਸਾਹਮਣੇ ਅਸੀਂ ਪੰਜਾਬੀ ਕੈਰੈਕਟਰ ਉਭਾਰਦੇ ਆ ਕਿ ਸਾਡੇ ਚ ਫਿਰ ਵੀ ਇੱਕ ਮੋਰੈਲਿਟੀ ਉਹਨਾਂ ਦੇ ਬੈਟਰ ਖੜੀ ਹੈ ਤਾਂ ਉਸ ਦੇਖੋ ਮੈਂ ਫਿਲਮ ਦੇਖੀ ਨਹੀਂ ਨਾ ਮੈਨੂੰ ਇਹ ਕਹਾਣੀ ਦਾ ਪਤਾ ਹੈ ਪਰ ਚਮਕੀਲੇ ਦਾ ਜੋ ਕਿਰਦਾਰ ਸੀ ਉਹਦੇ ਗੀਤਾ ਰਾਹੀਂ ਸਾਹਮਣੇ ਆਇਆ ਤੇ ਉਹ ਮੈਨੂੰ ਲੱਗਦਾ ਨਹੀਂ ਕਿ ਉਹ ਪੰਜਾਬੀ ਮਨ ਨੂੰ ਰਿਪਰੈਜ਼ੈਂਟ ਕਰਦਾ ਕਿਤੇ ਠੀਕ ਹੈ ਜੀ ਜੇ ਚਮਕੀਲੇ ਦੇ ਗੀਤਾਂ ਦੇ ਮੁਤਾਬਕ ਹੀ ਉਹ ਫਿਲਮ ਦੀ ਕਹਾਣੀ ਘੜੀ ਗਈ ਹੈ ਜਾਂ ਹੋਰ ਹੈ ਤੇ ਫਿਰ ਮੇਰਾ ਖਿਆਲ ਹੈ ਕਿ ਉਹੀ ਰਾਂਬਾ ਜਿਹੜਾ ਉਹ ਬਰਕਰਾਰ ਰਹੇਗਾ ਕਿ ਜਿਹੜਾ ਹੈ ਪੰਜਾਬ ਨਾਲ ਤੇ ਇਹ ਮੰਨ ਲਓ ਅਰਜਨ ਵੈਲੀ ਦੀ ਐਕਸਟੈਂਸ਼ਨ ਵੀ ਹੋ ਸਕਦਾ ਮੰਨ ਲਓ ਜਿਹੜਾ ਉਹ ਰੁਝਾਨ ਅਰਜਨ ਵੈਲੀ ਨਾਲ ਆਇਆ ਉਹਦੀ ਚਲੋ ਅਰਜਨ ਵੈਲੀ ਤਾਂ ਇੱਕ ਹੁਣ ਗੀਤ ਉਹਨਾਂ ਨੇ ਪਾ ਲਿਆ ਇਦਾਂ ਦਾ ਵਿੱਚ ਮਸਾਲਾ ਹਨਾ ਜੀ ਤੇ ਪਰ ਇਹ ਵੀ ਇਹਨੂੰ ਚਲੋ ਐਕਸਟੈਂਸ਼ਨ ਨਾ ਮੰਨੀਏ ਆਪਾਂ ਹੂੰ ਹੂੰ ਜਿਸ ਤਰੀਕੇ ਦੇ ਨਾਲ ਇੱਕ ਉਸ ਗਾਇਕ ਨੂੰ ਲੈ ਕੇ ਜਿਹੜਾ ਗਾਇਕ ਆਪਣੇ ਸਮੇਂ ਦੇ ਵਿੱਚ ਕੋਈ ਬਹੁਤਾ ਕਿਸੇ ਉਹਦੀ ਰਿਸਪੈਕਟ ਉਸ ਰੂਪ ਚ ਨਹੀਂ ਰਹੀ ਠੀਕ ਆ ਉਹਦੀ ਆਡੀਅנס ਵੱਡੀ ਹੋ ਸਕਦੀ ਹੈ ਸਾਰਾ ਕੁਝ ਹੋ ਸਕਦਾ ਹੈ ਇਹ ਵੀ ਮੈਂ ਸਵਾਲ ਤੁਹਾਨੂੰ ਪੁੱਛਣਾ ਸੀਗਾ ਵੀ ਇੱਕ ਗੱਲ ਇਹ ਮੰਨੀ ਜਾਂਦੀ ਹੈ ਕਿ ਪਪੂਲਾਰਿਟੀ ਹੈ ਉਸ ਨੂੰ ਇੰਨਾ ਜ਼ਿਆਦਾ ਹੁਣ ਵੀ ਲੋਕ ਸੁਣਦੇ ਨੇ ਜਦੋਂ ਉਹ ਅਖਾੜੇ ਲੋਂਦਾ ਸੀ ਜਦੋਂ ਮਿਲੀਟੈਂਸੀ ਦਾ ਦੌਰ ਸੀ ਉਦੋਂ ਜਦੋਂ ਲੋਕ ਨੀ ਪੀੜੇ ਹੋਏ ਨੇ ਇੱਕ ਪਾਸੇ ਸਟੇਟ ਵਾਇਲੈਂਸ ਤੋਂ ਦੂਜੇ ਪਾਸੇ ਮਿਲੀਟੈਂਟਸ ਤੋਂ ਤੇ ਉਹਦੇ ਵਿੱਚੋਂ ਲੋਕਾਂ ਨੂੰ ਮਨੋਰੰਜਨ ਪ੍ਰੋਵਾਈਡ ਕਰਦਾ ਸੀ ਤਾਂ ਫਿਰ ਉਸ ਐਂਗਲ ਨੂੰ ਆਪਾਂ ਕਿੱਥੇ ਰੱਖਾਂਗੇ ਨਹੀਂ ਦੇਖੋ ਜਿਹੜਾ ਮਨੋਰੰਜਨ ਹੈ ਨਾ ਉਹ ਮਨੋਰੰਜਨ ਕਿੱਥੇ ਦੇਣਾ ਹੈ ਕਿਹਨੂੰ ਦੇਣਾ ਹੈ ਇਹ ਇਹ ਇੱਕ ਬਹੁਤ ਵੱਡੀ ਗੱਲ ਹੈ ਹਮ ਅਮਰ ਸਿੰਘ ਚਮਕੀਲਾ ਕੋਈ ਉਦਾਂ ਨਹੀਂ ਸੀ ਅਮਰ ਸਿੰਘ ਚਮਕੀਲਾ ਵਿਆਹਾਂ ਦੇ ਮੌਕੇ ਤੇ ਲੋਕੋ ਨੂੰ ਸਾਧਦੇ ਸੀ ਹਮ ਹਮ ਤੇ ਵਿਆਹਾਂ ਦੇ ਵਿੱਚ ਹੁਣ ਤੱਕ ਇਹ ਰਿਹਾਗਾ ਚਲੋ ਹੁਣ ਥੋੜਾ ਜਿਹਾ ਮਾਹੌਲ ਬਦਲਿਆ ਹੁਣ ਤੱਕ ਕਰਕੇ ਅਫੋਰਡ ਹੀ ਨਹੀਂ ਕਰ ਸਕਦਾ ਵਿਆਹ ਦੇ ਚ ਕਿਸੇ ਸਿੰਗਰ ਨੂੰ ਵੱਡੇ ਨੂੰ ਬੁਲਾਉਣਾ ਮਹਿੰਗੇ ਇੰਨੇ ਹੋ ਗਏ ਤੇ ਪਹਿਲਾਂ ਸਾਡੇ ਜਿੰਨੇ ਵੀ ਸਿੰਗਰ ਸੀ ਉਹ ਸਾਰੇ ਲੋਕਾਂ ਦੇ ਵਿਆਹ ਸ਼ਾਦੀਆਂ ਤੇ ਮੌਕੇ ਤੇ ਜਾ ਕੇ ਉਹਨੂੰ ਅਖਾੜਾ ਕਹਿੰਦੇ ਸੀ ਅਖਾੜੇ ਲਾਉਂਦੇ ਸੀ ਤੇ ਅਮਰ ਸਿੰਘ ਚਮਕੀਲਾ ਵੀ ਅਖਾੜਾ ਲਾਉਂਦੇ ਸੀ ਤੇ ਵਿਆਹ ਦੇ ਵਿੱਚ ਜਿਹੜਾ ਇਹ ਨਹੀਂ ਸੀ ਕਿ ਉੱਥੇ ਕੋਈ ਬੜੀ ਪਿੰਡ ਦੀ ਕੋਈ ਮੁਜਜ਼ਜ਼ ਲੋਕ ਆ ਕੇ ਉਹਨੂੰ ਸੁਣਦੇ ਸੀ ਬਰਾਤੀ ਹੁੰਦੇ ਸੀ ਪੂਰੇ ਵਿੱਚ ਲੋਕ ਵਿੱਚੀ ਸ਼ਰਾਬ ਪੀ ਜਾਂਦੇ ਸੀ ਜਾਂ ਹੋਰ ਤੇ ਲੇਡੀਜ਼ ਤਾਂ ਸੁਣਦੀ ਹੁੰਦੀਆਂ ਨਹੀਂ ਹੁੰਦੀਆਂ ਸੀ ਤਾਂ ਕੋਠਿਆਂ ਤੇ ਕੂਠਿਆਂ ਤੇ ਬਹਿ ਕੇ ਦੂਰ ਕਿਤੇ ਨੇੜੇ ਸੁਣ ਲੈਂਦੀਆਂ ਸੀਗੀਆਂ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਮੈਂ ਪਹਿਲਾਂ ਵੀ ਇੱਕ ਵਾਰੀ ਇਹ ਗੱਲ ਕੀਤੀ ਸੀ ਕਿ ਸਾਡੀ ਜਿਹੜੀ ਆਡੀਅנס ਹੈ ਉਹ ਕਿਹੜੀ ਹੈ ਇਹ 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 ਪੰਜਾਬੀਆਂ ਦਾ ਨਹੀਂ ਮੇਰਾ ਖਿਆਲ ਸਾਰਿਆਂ ਦੀ ਹੋ ਰਿਹਾ ਹੋਣਾ ਵੀ ਜਿਹੜੀ ਜੈਂਡਰ ਪਾਰਟਿਕੂਲਰ ਆਡੀਅנס ਹੈ ਉੱਥੇ ਕੀ ਸੁਣਾਉਣਾ ਸਾਡੇ ਨਕਾਲ ਨਕਾਲ ਰਹੇ ਆ ਨਕਲੀ ਰਹੇ ਨੇ ਨਕਲੀਆਂ ਦੇ ਵਿੱਚ ਜਿੰਨਾ ਸਮੱਤੀ ਜਿਹੜਾ ਐਲੀਮੈਂਟ ਹੈ ਜਾਂ ਵਲਗਰ ਐਲੀਮੈਂਟ ਉਹਨਾਂ ਕੋਲੇ ਹੁੰਦਾ ਸੀ ਕਿਸੇ ਕੋਲੇ ਨਹੀਂ ਹੁੰਦਾ ਪਾਕਿਸਤਾਨੀ ਡਰਾਮੇ ਹੁਣ ਵੀ ਉਦਾਂ ਚੱਲਦੇ ਆ ਬਸ ਸ਼ਾਇਦ ਚੱਲਦੇ ਆ ਤੇ ਪਰ ਉਹ 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 ਉੱਥੇ ਲੇਡੀਜ਼ ਜਾਂ ਨਹੀਂ ਸੀ ਹੁੰਦੀਆਂ ਉਹਨਾਂ ਦੀ ਆਡੀਅנס ਚ ਉਹ ਖੇਤ ਪਿੰਡ ਤੋਂ ਬਾਹਰ ਪਿੰਡਾਂ ਦੇ ਵਿੱਚ ਉਹ ਖਾੜਾ ਲਾਉਂਦੇ ਸੀ ਪਰ ਤੁਸੀਂ ਫਿਰ ਅਮਰਜੋਤਕੌਰ ਦੀ ਜਿਹੜੀ ਪ੍ਰੈਜੈਂਸ ਹੈ ਉਹ ਸਾਰੇ ਦੇ ਵਿੱਚ ਜਾਂ ਉਹਦੀ ਜਿਹੜੀ ਹਾਜ਼ਰੀ ਹੈ ਇੱਕ ਇੱਕ ਊਮਨ ਕਰੈਕਟਰ ਦੇ ਤੌਰ ਤੇ ਜਿਹੜੀ ਉਹਦੀ ਉਹਦੀ ਉਹਦੀਆਂ ਜਿਹੜੇ ਬੋਲ ਨੇ ਉਹਦੀ ਬੋਲਡ ਕਈ ਲੋਕ ਉਹਨੂੰ ਬੋਲਡਨੈਸ ਵੀ ਤਸ਼ਬੀਹ ਦਿੰਦੇ ਨੇ ਬੋਲਡ ਨੈਸ਼ਨਲ ਕਿ ਊਮਨ ਬੋਲਡਨੈਸ ਦੀ ਇੱਕ ਤਸ਼ਬੀਹ ਹੈ ਤਾਂ ਉਹਦੀ ਜਿਹੜੀ ਹਾਜ਼ਰੀ ਹੈ ਚਮਕੀਲੇ ਦੇ ਨਾਲ ਉਹਨੂੰ ਆਪਾਂ ਕਲਚਰਲੀ ਕਿਦਾਂ ਐਕਸਪਲੇਨ ਕਰਾਂਗੇ ਨੇ ਦੇਖੋ ਡਿਊਟ ਉਦੋਂ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ ਹੈ ਨਾ ਡਿਊਟ ਤਾਂ ਜਦੋਂ ਸ਼ਾਂਤੀ ਦੇਵੀ ਤੇ ਚੰਦੀ ਰਾਮ ਚੰਦੀ ਨੇ ਗਾਉਣਾ ਸ਼ੁਰੂ ਕੀਤਾ ਲਾਲਜਤ ਲਾਲਚੰਦ ਜਮਲੇ ਜੱਟ ਉਤੇ ਮਿੰਦਰਜੀਤ ਕੌਰ ਸੇ ਖੋਨੇ ਸ਼ੁਰੂ ਕੀਤਾ ਤੇ ਉਦੋਂ ਤੋਂ ਜਿਹੜਾ ਸੀਗਾ ਡਿਊਟ ਜਿਹੜੇ ਚੱਲੇ ਆ ਰਹੇ ਸੀ ਸਟੇਜਾਂ ਦੇ ਉੱਪਰ ਪ੍ਰੈਜੈਂਟੇਸ਼ਨ ਜਿਹੜੀ ਪੇਸ਼ ਕਰੀ ਐ ਤੇ ਉਹਦੇ ਚ ਹੌਲੀ 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 ਜਿਹੜਾ ਸੀ ਉਹ ਖੁੱਲ ਲੈਂਦੇ ਗਏ ਨਰਿੰਦਰ ਬੀਬਾ ਨੇ ਆਪਣੇ ਸਕੇ ਭਰਾਵਾਂ ਦੇ ਨਾਲ ਦੁਕਾਨੇ ਗਾਏ ਰੋਮਾਂਟਿਕ ਵੀ ਗਾਏ ਪਰ ਉਹਨੇ ਪ੍ਰੈਜੈਂਟੇਸ਼ਨ ਦੇ ਤੌਰ ਤੇ ਕਦੇ ਇਹ ਨਹੀਂ ਸੀ ਖੁੱਲ੍ਹ ਲਈ ਸਿਰ ਤੋਂ ਚੁੰਨੀ ਨਹੀਂ ਸੀ ਲਾਹੀ ਕਦੇ ਤੇ ਸਭ ਤੋਂ ਪਹਿਲਾਂ ਜਗਮੋਣ ਕੌਰ ਨੇ ਆਇਆ ਜਿਹਨੇ ਥੋੜਾ ਜਿਹਾ ਬਾਹਾਂ ਕੱਢ ਕੇ ਜਾਂ ਹੋਰ ਇਦਾਂ ਗਾਉਣਾ ਸ਼ੁਰੂ ਕੀਤਾ ਤੇ ਇਹ ਹੌਲੀ ਹੌਲੀ ਜਿਹੜੀ ਗੱਲ ਬਣੀ ਜਿਹੜੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਕਿ ਜਿਹੜੇ ਬੋਲ ਨੇ ਉਹ ਬੋਲ ਕੀ ਨੇ ਉਹ ਵਾਕਈ ਇਹ ਗੱਲ ਹੈ ਕਿ ਉਸ ਪਾਸੇ ਨੂੰ ਜਿਹੜਾ ਹੈ ਤੋੜਿਆ ਗਿਆ ਇਹਨੂੰ ਉਹ ਉਹ ਬੋਲ ਜਿਹੜੇ ਉਹਨਾਂ ਨੇ ਸਟੂਡੀਓ 'ਚ ਬੈ ਕੇ ਰਿਕਾਰਡ ਕਰਾਏ ਚਲੋ ਉੱਥੇ ਤਾਂ ਇਕੱਲਾ ਰਿਕਾਰਡ ਕਰਾਉਂਦਾ ਹੈ ਆਡੀਅנס ਦੇ ਸਾਹਮਣੇ ਇੱਕ ਲੇਡੀ ਜਿਹੜੀ ਕਿੱਦਾਂ ਦੇ ਉਹ ਬੋਲ ਜਿਹੜੇ ਆਗੇ ਉਹ ਗਾਉਂਦੀ ਹੈ ਜਾਂ ਹੋਰ ਹੈ ਤੇ ਉਹ ਫਿਰ ਉਹ ਕਹਿੰਦੇ ਆ ਨਾ ਪੰਜਾਬੀ ਦੀ ਕਹਾਵਤ ਹੈ ਜਿਹਦੀ ਲੈ ਗਈ ਲੋਈ ਉਹਦਾ ਕੀ ਕਰੇਗਾ ਕੋਈ ਹੈ ਜੀ ਫਿਰ ਉਹਦੇ ਲਈ ਆਡੀਅנס ਕੋਈ ਫਰਕ ਨਹੀਂ ਹੁੰਦੀ ਨਾ ਹੀ ਉਹਨਾਂ ਨੂੰ ਕੋਈ ਆਡੀਅנס ਨਾਲ ਲਗਾਓ ਹੁੰਦਾ ਜਿੱਦਾਂ ਥੀਏਟਰ ਦੇ ਵਿੱਚ ਜਾਂ ਹੋ ਰਿਕਾਰਡ ਆਡੀਅנס ਨਾਲ ਤੁਹਾਡਾ ਲਗਾਓ ਹੁੰਦਾ ਨਾ ਜੀ ਉਹਨਾਂ ਨੇ ਇਹ ਹੁੰਦਾ ਵੀ ਆਪਣੇ ਖਾੜੇ ਦੇ ਪੈਸੇ ਲੈਣੇ ਆ ਤਾਂ ਪ੍ਰੋਡਕਟ ਦੀ ਇੱਕ ਕੰਜ਼ਿਊਮਰ ਖੜੇ ਕਰਨੀ ਨੇ ਉਹਨਾਂ ਨੂੰ ਬਿਲਕੁਲ ਬਿਲਕੁਲ ਉਹ ਉਸ ਲੈਵਲ ਤੇ ਹੁੰਦੀ ਹੈ ਗੱਲ ਤਾਂ ਹੁਣ ਤੁਸੀਂ ਆਪਾਂ ਮਤਲਬ ਕਿ ਇਹਨੂੰ ਹੁਣ ਕਿੱਦਾਂ ਆਮ ਲਗੀ ਮੈਂ ਰਿਲਾਖ ਹਵਾ ਤੁਹਾਨੂੰ ਕਿ ਇਹ ਸਾਰੇ ਦੇ ਵਿੱਚ ਹੀ ਵਰਤਾਰੇ ਚੱਲ ਰਿਹਾ ਹੈ ਹੁਣ ਇਹਦੇ 'ਚ ਸਾਰੀ ਆਪਾਂ ਗੱਲਬਾਤ ਕਰ ਲਈ ਹੈ ਤਾਂ ਪਰ ਤੁਸੀਂ ਕੀ ਸਮਝਦੇ ਹੋ ਮੰਨ ਲਓ ਜੇ ਪੰਜਾਬ ਦੇ ਜਿਹੜੀ ਜਿਹੜੇ ਜਿਹੜਾ ਕਲਚਰਲ ਹਵਾਲਾ ਹੈ ਜੀ ਉਹਦੇ ਤੇ ਗੱਲ ਹੋਣੀ ਚਾਹੀਦੀ ਹੈ ਤਾਂ ਉਹਦੇ ਵਿੱਚ ਕਿਹੜੇ ਪੈਰਾਮੀਟਰਸ ਨੇ ਜਿਨੂੰ ਕਰਕੇ ਕੋਈ ਤੁਸੀਂ ਕਿਸੇ ਨੂੰ ਸਾਰਥਿਕ ਦੱਸ ਸਕਦੇ ਹੋ ਜਾਂ ਕਿਸੇ ਨੂੰ ਰੈਜ਼ਿਸਟੈਂਸ ਜਿਹੜਾ ਸਿੰਗਰ ਹੈ ਜੇ ਮੰਨ ਲਓ ਆਪਾਂ ਕਿ Song of Resistance ਤੋਂ ਗੱਲ ਸ਼ੁਰੂ ਹੋਈ ਹੈ ਇਹ ਤਾਂ ਫਿਰ Song of Resistance ਪੰਜਾਬੀ ਸੱਭਿਆਚਾਰ ਖਵਾਲੇ ਦੇ ਨਾਲ ਕੀ ਉਹਦੇ ਪੈਰਾਮੀਟਰ ਨੇ ਜਿਸ ਤੋਂ ਆਪਾਂ ਉਹਨੂੰ ਮੰਨਦੇ ਆ ਕਿ ਇਹ ਬਗਾ ਨਾਪਰੀ ਦਾ Song ਹੈ ਜਾਂ ਇਹ ਗੀਤ ਨਾਪਰੀ ਦੇ ਗੀਤ ਨੇ ਦੇਖੋ ਪੰਜਾਬੀ ਸੱਭਿਆਚਾਰ ਬਹੁਤ ਸਾਫ਼ ਹੈ ਬਹੁਤ ਸਪਸ਼ਟ ਹੈ ਵੀ ਕਿਹਨੂੰ ਓਨ ਕਰਦਾ ਹੈ ਤੇ ਕਿਹਨੂੰ ਛੱਡਦਾ ਹੈ ਠੀਕ ਹੈ ਕਿ ਨਹੀਂ ਇਹ ਤਾਂ ਚਲੋ ਹੁਣ ਸਾਡੇ ਕੋਲੇ ਇੱਕ ਤਰ੍ਹਾਂ ਦਾ ਇਹ ਸਾਰਾ ਸੋਸ਼ਲ ਮੀਡੀਆ ਹੋਰ ਆ ਗਿਆ ਲੋਕਾਂ ਨੂੰ ਦੁਬਾਰਾ ਦੁਬਾਰਾ ਉਹ ਚੀਜ਼ਾਂ ਸੁਣਨ ਲਈ ਜਿਹੜੀਆਂ ਉਹ ਮਿਲ ਜਾਂਦੀਆਂ ਨੇ ਲੋਕ ਨੂੰ ਸੁਣਦੇ ਆ ਉਂਝ ਜਿਹੜਾ ਹੈਗਾ ਸੱਭਿਆਚਾਰ ਕਿਤੇ ਐ ਖੜੇ ਪਾਣੀ ਵਾਂਗੂ ਤਾਂ ਹੁੰਦਾ ਨਹੀਂ ਇਹ ਤਾਂ ਵਗਦੇ ਪਾਣੀ ਵਾਂਗੂ ਹੁੰਦਾ ਹੈ ਨਾ ਜੀ ਜਿਹੜੀਆਂ ਚੀਜ਼ਾਂ ਉਹ ਅਪਣਾਉਂਦਾ ਉਹ ਅਪਣਾਉਂਦਾ ਤੁਰਿਆ ਜਾਂਦਾ ਜਿਹੜੀਆਂ ਚੀਜ਼ਾਂ ਛੱਡਦਾ ਦਰਿਆ ਵਾਂਗੂ ਜਿੱਧਰੋਂ ਮਿੱਟੀ ਕੱਟਣੀ ਐ ਤੇ ਕਿੱਧਰ ਬਰੇਤੀ ਲਾਉਣੀ ਐ ਸੱਭਿਆਚਾਰ ਦਾ ਵੀ ਇੱਕ ਇਦਾਂ ਦਾ ਵਰਤਾਰਾ ਜਿਹੜਾ ਹੈਗਾ ਤੇ ਜਿਹੜੀ ਤੁਸੀਂ ਜਿਹੜੀ ਨਾਬਰੀ ਵਾਲੀ ਗੱਲ ਕਰਦੇ ਹੋ ਮੈਂ ਪਹਿਲਾਂ ਵੀ ਸ਼ਾਇਦ ਜ਼ਿਕਰ ਕੀਤਾ ਸੀ ਤੁਹਾਡੇ ਨਾਲ ਜਾਂ ਕਦੋਂ ਵੀ ਪੰਜਾਬ ਦੇ ਜਿਹੜੇ ਲੋਕ ਨਾਇਕ ਜਿਹੜੇ ਪੰਜਾਬੀਆਂ ਦੇ ਮਨ ਨੂੰ ਟੁੰਬਦੇ ਆ ਦੁੱਲਾ ਪੱਟੀ ਅੱਜ ਵੀ ਟਰਮਦਾ ਦੁੱਲਾ ਪੱਟੀ ਸਾਡੇ ਗੁਰੂ ਕਾਲ ਤੋਂ ਵੀ ਪਹਿਲਾਂ ਦਾ ਹੋਇਆ ਮਤਲਬ ਕਿ ਅਕਬਰ ਦਾ ਸਮਕਾਲੀ ਸੀਗਾ ਦੁੱਲਾ ਪੱਟੀ ਤੇ ਦੁੱਲਾ ਪੱਟੀ ਅੱਜ ਵੀ ਸਾਡਾ ਨਾਇਕ ਹੈ ਦੁੱਲਾ ਪੱਟੀ ਆਪਣੇ ਜੇ ਰਿਲੀਜੀਅਨ ਦੇ ਪੱਖੋਂ ਦੇਖਿਆ ਜਾਵੇ ਤਾਂ ਉਹ ਮੁਸਲਮਾਨ ਸੀ ਤੇ ਪਰ ਇੱਕ ਗੱਲ ਇਹ ਹੈ ਕਿ ਤੁਸੀਂ ਕਿਹਨੂੰ ਤੁਸੀਂ ਅਪਣਾਉਣਾ ਹੈ ਹੁਣ ਵੀ ਜੇ ਕਿਸੇ ਆਧਾਰਨ ਦੇਣੇ ਆ ਤੂੰ ਤੂੰ